ਉੜੇਤ ਨਕ ਛੋੜ ਦੇ ਮੈਂ ਕੋਈ ਮੀਠ ਦੇ ਦੇ ਕੁਛ ਕੀ ਮੈਂ ਤੇ ਪੰਜ ਬੰਦੇ اچھا ਦੋ ਦੋ ਇੱਕੇ 46 ਲੈ ਰਹੇ ਸਨ ਹਾਂ ਦੋ 6 ਲੈ ਰਹੇ ਸਨ ਦੋਵੇਂ ਪਿਸਟਲ ਲੈ ਰਹੇ ਸਨ ਬਾਈ ਅੱਛਾ ਮੈਂ ਅਰੇ ਆਤਨਾ ਉੱਪਰ ਜਾਲੀ ਸੀ ਬਾਈ ਠੰਡੀ ਵੀ ਆਕੇ ਕਰਦੇ ਕਿ ਉੱਪਰ ਆਤਨਾ ਪਾਣੀ ਵੇਗਦੇ ਕਰਦੇ ਮਾਰੇ ਮੈਂ ਅੱਛਾ ਮੈਂ ਆਰ ਲੈਟਰਿੰਗ ਜੜਾ ਬੀ ਲੈਟਰਿੰਗ ਕਰਿਆ ਲੈਟਰਿੰਗ ਦੀ ਉਹਨਾਂ ਕੋ ਉੱਪਰ ਪਿੰਡਾ ਪਾਣੀ ਦਾ ਬਾਈ ਸਵਾਗ ਮੀਡੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੇ ਅੱਜ ਅਗੀਲ ਕੁਰਾੜ ਗਏ ਹੋਰ ਤਾਂ ਰਾਮ ਰਾਮ ਤਾਂ ਸਾਰੇ ਨੇ ਬੇਰਾਹਕ ਟ੍ਰੈਂਡ ਚੱਲ ਰਿਹਾ ਡੋਂਕੀ ਮੈਂ ਡੋਂਕੀ ਮੈਂ ਜਾਣੇ ਦਾ ਟ੍ਰੈਂਡ ਚੱਲ ਰਿਹਾ ਉਸਮੇ ਬਹੁਤ ਸਾਰੇ ਬੰਦੇ ਮਰਬੀ ਲਏ ਹਨ ਔਰ ਬਹੁਤ ਸਾਰੇ ਬੰਦੇ ਇਸ ਟ ਪੰਜਾਬ ਮੈਂ ਤਾਂ ਪਹਿਲਾ ਸਿਸਟਮ ਲੇਕਿਨ ਇਹ ਹਰਿਆਣਾ ਨੂੰ ਕਰਿਆ ਹਰਿਆਣਾ ਮੈਂ ਤਾਂ ਵਾਹ ਝੂਠੇ ਕੀ ਡੋਂਕੀ ਮੈਂ ਜਾਣਗਾ ਮੈਂ ਪੰਜਾਬ ਨੇ ਫਾਲ ਬਣਾਏਗਾ ਛੋਟਾ ਫਾਲ ਕਿਉਂ ਕਰੋਗਾ ਸਾਰੇ ਕੀ ਸਾਰੀ ਬਾਤਾਂ ਉਹ ਮੇਰਾ ਅਗਲਾ ਸਖਸ ਬੈਠਾ ਹੈ ਤਾਂ ਡੋਂਕੀ ਮੈਂ ਤਾਇ ਰਿਆ ਰਾਮ ਰਾਮ ਭਾਈ ਰਾਮ ਰਾਮ ਭਾਈ ਆ ਕੇ ਨਾਮ ਬਾਈਗਾ ਭਾਈ ਮੇਰਾ ਨਾਮ ਹੈ ਅੱਜਾ ਨਾਮ ਹੈ ਭਾਈ ਦਾ ਸੇਮ ਰਾਸ਼ੀ ਹੈ ਮਾਰੀ ਗਾਮ ਗੋਂਡ ਜ਼ਿਲ੍ਹਾ ਤਹਿਸੀਲ ਹੋਰ ਬਤਾ ਦੇ ਭਾਈ ਮੇਰਾ ਗਾਮ ਰੇੜਾ ਹੈ ਤਹਿਸੀਲ ਲਾਜਨ ਡਿਸਟ੍ਰਿਕਟ ਕਾਥਲਾ ਬੜੇ ਡਿਸਟ੍ਰਿਕਟ ਕਾਥਲਾ ਭਾਈ ਕੇ ਸੇਮ ਡਿਸਟ੍ਰਿਕਟ ਹੈ ਮਾਰੀ ਤਾਂਨੇ ਉਹ ਗਾਣਾ ਵੀ ਸੁਣਿਆ ਕਿ ਅਦੋ ਵਤ ਜਵਾਨੀ ਖੈ ਗਿਆ ਜੰ ਈਵਨ ਯੋਰ ਗਾਣ ਲਿਖੜਾਂਗੀ ਭਾਈ ਅਰੇ ਆਣਾ ਕੀ ਕੱਤਲ ਕੀ ਜਵਾਨੀ ਕਰਨਾਲੇ ਕੀ ਜਵਾਨੀ ਪੂਰਾ ਹਿਆਣਾ ਕੀ ਜਵਾਨੀ ਪਨਾਮਾ ਜੰਗਲ ਖਾ ਗਿਆ ਭਾਈਓ अच्छा जो तौर्तत कादन कोनसा का तारीख नोठया था कोनसा दन था मूस का दन था का मंगलवार का दन था भाई दन तो ध्यान 17 सितंबर ने गए था मोर तो 2017 में 2017 में 17 सितंबर ने घर अच्छा जब तौर्तत चल लिया घर के खुशी थी मन में के काम थे घर के बहुत ज्यादा खुशी थी भाई हमारा सोरा कामयाब हो गया अपना वेरीफाई किया घर के मेरा नुनू जगह के सिस्टम में घर के आज लिख दिया सीधा अमेरिका पहुंच जाएगा अमेरिका पहुंचे अच्छा उरा तो 17 सितंबर ने 2017 ने तो इंदिरा गांधी एयरपोर्ट पता बैठ लिया ना दिल्ली 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 गया था तो फिर फिर एक ला दिया। उस बेरा था। लेकिन एक भी दिल्ली ला दिया अच्छा दिल्ली ला दिया। एक ले तो तो भी दिया 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 टाइम लेकिन भी हमारा अच्छा छह घंटे स्टे हुई थी रसिया रसिया गए थे तारीख सत्र घंटे फ्लाइट थी हमारी छह घंटे स्टे होने के बाद ਟਾਈਮ ਚੇਂਜ ਹੋ ਜਾਂ ਉਸ ਮਿਤੀ ਕਾ ਸਾਬ ਐਸਟੀਮੇਟ ਸਹੀ ਕੋ ਨਹੀਂ ਲੱਗਦਾ ਆਪਣਾ ਕੜੀ ਕੋਹਾਂ ਦੇ ਸਮਾਗ ਅ ਕਿਸਮ ਪੱਛਨ ਨੂੰ ਚੱਲਦੇ ਰਹੇ ਫਿਰ ਤੋਂ ਫਿਰ ਵੰ ਪੈਰੂ ਗਏ ਸੇ ਪੈਰੂ ਤੋਂ ਅਮ ਗਏ ਸੇ ਫਿਰ ਕਿਵਿਟੋ ਇਕਵਾਡੋਰ ਕੀ ਰਾਧਾ ਨਹੀਂ ਜੋ ਕਿਵਿਟੋ ਡਮਾ ਰਾਜ ਤੈਰ ਗਏ ਫਿਰ ਅਮੇ ਹੋਟਲ ਮੇ ਰੁੱਕ ਗਏ ਸੇ ਅਛੋਟਲ ਮੇ ਰੁੱਕ ਗਏ ਜਤਾ ਮੈਂ ਅਤਾ ਦਿੱਲੀ ਦਾ ਜਾਜ ਮੇ ਬੈਠੇ ਸੇ ਤੇਰਾ ਸਰਕਲ ਕੇ ਕਾ ਬੰਦੇ ਥੂ ਉਸ ਜੈਂਟ ਕੇ ਕਾ ਬੰਦੇ ਤੇ ਮੰ 5 ਤੇ ਹੌਰੀਜ਼ਨਟ ਕੇ ਬੰਦੇ ਫਿਰ ਅੱਗੇ ਜਾ ਕੇ ਮਾਮਨਾ ਜਿਸ ਟਾਈਮ ਉਤਰੇ 17 ਬੰਦੇ ਹੋ ਗਏ ਸੋ ਟੋਟਲ ਹੋਰ ਹੋਰੀਜ਼ਨਟ ਲੇਕਿਨ ਮਾ ਹੌਰੀਜ਼ਨਟ ਕੇ ਮੈਂ 5 ਤੇ 5 ਤੇ ਮਤਲਬ ਟੋਟਲ 17 ਬੰਦੇ ਆਪਣਾ ਹਰਿਆਣਾ ਕੇ ਹੋ ਗਏ ਥੇ ਕਿ ਪੰਜਾਬ ਕੇ ਵੀ ਤੇ ਉਹਨੂੰ ਪੰਜਾਬ ਕੇ ਵੀ ਥੇ ਹਰਿਆਣਾ ਕੇ ਵੀ ਤੇ ਅੱਛਾ ਤਾਂ ਮੈਂ ਕੁਵਿੱਟਾ ਉਤਰ ਗਏ ਐ ਕਿ ਟਾਈਮ ਥਾ ਕੁਵਿੱਟਾ ਉਹ ਮਸਾਂ ਦੇ 6:30 ਵਜੇ ਉਤਰੇ ਤੇ ਅੱਛਾ ਠੀਕ ਹੈ ਉਹੜਾ ਕ ਟਾਈਮ ਥਾ 6:30 ਠੀਕ ਹੈ 6:30 ਤੜਕੀ ਕੇ ਕਿ ਸ਼ਾਮ ਕੇ ਸ਼ਾਮ ਕੇ ਸ਼ਾਮ ਕੇ ਭਾਈ ਦਿਨ ਛਿਪੇ ਪਹੁੰਚ ਗਏ ਕੋਵਿਟੋ ਅੱਗੇ ਕੀ ਹੋਇਆ ਅਗਾਵਾਂ ਮੈਂ ਟੈਕਸੀ ਮੈਂ ਕਰਕੇ ਹੋਟਲ ਉਹ ਐਡਰਸਮਨ ਪੋਰਟਲ ਮੈਂ ਵਿੱਗ ਗਏ ਮੈਂ ਅੱਛਾ ਹੋਟਲ ਮੈਂ ਰਾਤ ਨੂੰ ਸੌਇਆ ਤੇ ਕਿਮਾਂ ਨੋਰ ਤੋਂ ਡੋਂਕਰ ਲੈ ਗਿਆ ਚੱਕ ਕੇ ਅੱਛਾ ਅੱਛਾ ਭਾਈ ਉਹ ਤਨਾ ਵਿਸਤਾਰ ਮੈਂ ਬਤਾਨਾ ਹੈ ਬਾਤਾਂ ਨਾ ਕੱਟੇ ਨਹੀਂ ਮਤਲਬ ਕਿ ਖੁਲਕਾ ਬਤਾ ਉਰਤਾ ਮਜਿੰਦਰਾ ਉਸਮੈਂ ਮਤਲਬ 에ਰਪੋਰਟ ਪਾ ਥੇਤਾ ਮੈਂ ਜਦ ਦੁਰਤਾ ਮੈਂ 7 ਦਿਨ ਦਿੱਲੀ ਰਹਾ ਜੈਂਟ ਨੇ ਕਿੱਕੇ ਦੋ ਬਾਤ ਸਿਕਾਈ ਦੀ ਮਾਂ ਚ ਇਸ ਗੱਲੇ ਦੇਈ ਥੀ ਕੋ ਫੋਨ ਗੱਲੇ ਦੇਆ ਥਾ ਕੋ ਡਾਲਰ ਗੱਲੇ ਦੇ ਥੇ ਕਿੱਕੇ ਚੀਜ਼ ਦੇਈ ਥੀ ਗੱਲਾ ਤੇਰਾ ਉਹਨਾਂ ਕੋ ਉਸਨੇ 100 ਡਾਲਰ ਡਾਲਰ دیے ਥੇ ਮਰਤਾ ਹੈ ਮਰਤਾ ਉਹਨਾਂ ਨੇ ਕਹਾ ਕੋਈ ਦਿੱਕਤ ਨਹੀਂ RAM ਤਾਂ ਜਾਇਓ ਤੁਮਨ ਕੋਈ ਦਿੱਕਤ ਨਹੀਂ ਆਂਦੀ ਜੇ ਕੋਈ ਦਿੱਕਤ ਆ ਮੇਰੇ ਕੋ ਫੋਨ ਕਰ ਲਿਓ ਉਸਕਾ ਨੰਬਰ ਤਾਂ ਮਰ ਪਏ ਅੱਛਾ 3000 ਡਾਲਰ دیے ਸੋਨ ਮਰਤਾ ਹੈ 에어ਪੋਰਟ ਉਪੇ ਬਿਠਾ ਦੇਦੇ 에어ਪੋਰਟ ਉਪੇ ਬੈਠ ਕੇ ਫਿਰ ਮਾਂ ਮਾਗ ਕੇ ਵੀ ਗਿਆ ਅੱਗੇ ਬੰਦਾ ਗਿਆ ਉਹਨਾਂ ਜਾਣੇ ਮਰਪਾ ਡਾਲਰ ਲੈ ਲਏ ਥੋੜਾ ਠੀਕ ਹੈ ਸਾਰੇ ਡਾਲਰ ਦੇ ਦਿੱਤੇ ਸਭਾ ਮਨ ਜੋ ਹਰਾਮਾ ਖਰਚਾ ਸੋ ਦੋ ਸਰ ਵੀ ਕੜੀ ਖੋਸੋ ਕੜੀ ਆ ਅਲੱਗ ਬਾਤੀ ਲੇਕਿਨ ਸਾਰੇ ਡਾਲਰ ਵਾਪਿਸ ਸਭਾ ਮਨ ਦੇਣੇ ਥੇ ਆ ਕੇ ਜਾਣਦੇ ਕਿ ਬਿਟੋ ਤੇਰਾ ਕੱਲ ਦਾ 3000 ਡਾਲਰ ਦੇਗਾ ਟੋਟਲੋਂ 5000 3000 ਡਾਲਰ ਦੇ ਇੱਕ ਬੰਦਾ 3000 ਡਾਲਰ ਥੇਡਨ ਨੂੰ ਦਿਖਾਣਾ ਹੈ ਤੇਰੇ ਬਾ ਮੈਂ ਘੁੰਮਣਦਾ ਟੂਰਿਸਟ ਮਾਰ ਪਾ ਖਰਚਾ ਹੈ ਜੈਪੁਰ ਖਰਚਾ ਤੇ ਇਮੀਗ੍ਰੇਸ਼ਨ ਦਾ ਚੱਕਰਣਾ ਹੈ ਤੇ ਠੀਕ ਹੈ ਬਾਤ ਜਦ ਜਾਜ ਮੈਂ ਚੜਿਆ ਤਾਂ ਆਪਣਾ ਦਿੱਲੀ ਤੇ ਨਿਊਯਾਰਕ ਕਿ ਪਿੰਡ ਗਣ ਯਾਦ ਹੈ ਤੇਰਾ ਗਮ ਮਾਗੇ ਕਿ ਭਾਈ ਮੂਸਗਾਮ ਤਾਂ ਆਖਿਆ ਮੈਂ ਸੁਆਇਓ ਕਿ ਮੈਂ ਥੋੜਾ ਬੋਤਾ ਭਾਈ ਕੁਝ ਨਹੀਂ ਆਦਾਂ ਦਾ ਕਿਉਂ ਨਦਾਨ ਤੇ ਖੁਸ਼ੀ ਬਹੁਤ ਜ਼ਿਆਦਾ ਸੀ ਸੱਚਾਈ ਬਾਤ ਹੈ ਠੀਕ ਹੈ ਬਾਤ ਹੈ ਬਹੁਤ ਜ਼ਿਆਦਾ ਖੁਸ਼ੀ ਸੀ ਉਸ ਟਾਈਮ ਤੋਂ ਬਿੱਤਰ ਮੈਂ ਭਾਈ ਆਪਣਾ ਪੈਰ ਦੰਦਾਂ 'ਤੇ ਖੜੇ ਹਾਂ ਆਪਣਾ ਕੰਮ ਕਰਾਂ ਕੁਝ ਸੁਪਨੇ ਤੇ ਮੈਂ ਬਿੱਤਰ ਮੈਂ ਤੇ ਉਹਨਾਂ ਗਮ ਤੇ ਆਦਨੀ ਆ ਖੁਸ਼ੀ ਬਹੁਤ ਜ਼ਿਆਦਾ ਹੈ ਖੁਸ਼ੀ ਬਹੁਤ ਜ਼ਿਆਦਾ ਸੀ ਆਪਾਂ ਕੜਾ ਪਹੁੰਚ ਰਹੇ ਸੀ ਕੜਾ 8:30 ਵਜੇ ਤਾਂ ਮੈਂ ਕੜਾ ਪਹੁੰਚ ਰਹੇ ਸੀ ਰਾਤੇ ਕੁਵਿਟੋ ਅੱਛਾ ਕੁਵਿਟੋ ਤਾਂ ਫਿਰ ਅੱਗਾ ਕੜਾ ਪਹੁੰਚੇ ਤਾਂ ਮੈਂ ਕਿ ਕਾ ਬੰਦੇ ਥੇ ਕੜਾ ਕੜਾ ਚੱਲੇ ਕੁਵਿਟੋ ਤੋਂ ਮੈਂ ਪੰਜ ਬੰਦੇ ਥੇ ਹੋਟਲ ਮੈਂ ਸੋ ਗਏ ਮਾਨੂੰ ਤਾਂ ਕਿ 4 ਵਜੇ ਡੋਂਕਰਾ ਦੋ ਟੈਕਸੀ ਮੈਂ ਲੈ ਕੇ ਤਿੰਨਾਂ ਨਾਲ ਇੱਕ ਮੈਂ ਦੋ ਮੈਂ ਇੱਕ ਮੈਂ ਬਿਠਾ ਕੇ ਬਾਰਡਰ ਬਜਾ ਤਾਰੇ ਹੁਨਵਾ ਮੇ ਬਾਰਡਰ ਬੇਗਰ ਸਮਤਾਰੇ ਗਰ ਸਮਤਾਰੇ ਗਮਾਉ ਨੇ ਫਿਰ ਬਾਰਡਰ ਪਾਰ ਕਰਾਇਆ ਉਹਨਾਂ ਮਰਤਾ 2 ਘੰਟੇ ਲਾ ਕੇ ਪਾਰੇ ਪਾਰੇ ਅਮਨੇ ਕੋਲੰਬੀਆ ਬੜਨ ਮੇ ਠੀਕ ਹੈ ਫਿਰ ਕੋਲੰਬੀਆ ਬੜਕਾ ਮੇ ਔਰ ਤਮਾਮ ਬਸਾਂ ਮੇ ਬਿਠਾ ਦिए ਜਿਸ ਮੇ ਆਪਾਂ ਸਮਾਂ ਮਾਂ ਮਿਠਾਏ ਉਪਰ ਅੱਛਾ ਛਤ ਪਰ ਜੋੜਾ ਸੀਟਾਂ ਮੇ ਬੈਠੇ ਕਰਾਂ ਅੱਛਾ ਅੱਛਾ ਮੇਰੇ ਦੋ ਮੰਜ਼ਲੀ ਬੰਸ ਤੇ ਭਾਈਓ ਮੈਂ ਬਤਾ ਤੂੰ ਆਪਣਾ ਹਰਿਆਣਾ ਰੋਡਵੇਜ ਵਰਗੀ ਬੰਸ ਨਹੀਂ ਥੀ ਮੈਂ ਉਹ ਡਾਲੀ ਦੀ ਤੂੰ ਉਸਮੇ ਬਿਠਾ ਦਿਆ ਬਿਠਾ ਕੇ ਮੈਡਲ ਨਹੀਂ ਬਿਗੇ ਮੈਡਲ ਨਹੀਂ ਤੇ ਫਿਰ ਆਮ ਜੋਗਰ ਆਪਣਾ ਬੈਕ ਦਨ ਕੀ ਜਗਾ ਕਰੇ ਨਹੀਂ ਪੂਰਾ ਸੂਟ ਦੇ ਦੇ ਭਾਈ ਪੰਚੂ ਪੰਚੂ ਅੱਛਾ ਜਿਹੜਾ ਮਾਮਨਾ ਪਹਿਲੀ ਵਾਰ ਦਿੱਕਤ ਆਈ ਜਿਹੜਾ ਉਹਨੂੰ ਮੇਰੇ ਬਟਾ ਧਾਰਕ ਲੱਗੇ ਮਣ ਕੀ ਤਾਂ ਗਲਤ ਜਗਾ ਸੀਟ ਕਾ ਨੀਚਾ ਸੂਟ ਦੀ ਤਾਂ ਸੀਟ ਕਾ ਕੇ ਮਸਕਾ ਜਮ ਨੀਚਾ ਬੈਕ ਦਨ ਕੀ ਜਗਾ ਭਾਈ ਆਪਣਾ ਵੀ ਟੂਰਿਸਟ ਬੰਸਾ ਮੇ ਦੇਖਿਓ ਕਿ ਸੋਭਾ ਇਹਨਾ ਉਹੜਾ ਸੂਟ ਦੇ ਵਾ ਸਾਤ ਬੰਦੇ ਭਾਈ ਅੱਛਾ ਉਹੜ ਜਗ੍ਹਾ ਤੋਂ 도ਵਾਂਗੇ ਵੀ ਸੀ ਸੂ ਡਾਮ ਸਾਤ ਰੱਖ ਕੇ ਦੇ ਬਾਈ ਅੱਛਾ ਉਹ ਤਾਂ ਮੈਂ ਕੌਣ ਸੀ ਜਗ੍ਹਾ ਤੇ ਪਹੁੰਚ ਰਹੇ ਹਾਂ ਫਸਟ ਟਾਈਮ ਕੋਲੰਬੀਆ ਮੈਂ ਕੋਲੰਬੀਆ ਪਹੁੰਚ ਰਹੇ ਉਹੜ ਜੋ ਕਰੇ ਤਾਂ ਬੱਸ ਕਾ ਨੀਚਾ ਸੀਟ ਕਾ ਨੀਚਾ ਤਾਂ ਮੈਂ ਬੈਠ ਗਏ ਦੁੱਖ ਕਿਤਨਾ ਕਾਇਆ ਅਗਰ ਕਿੰਗੀ ਯਾਦ ਕਿਤਨੀ ਆਈ ਖਾਣ ਪੀਣ ਮੈਂ ਕਿੱਕੇ ਲੇਰੇ ਥੇ ਖਾਣ ਪੀਣ ਮੈਂ ਕੁਛ ਨਹੀਂ ਨਾ ਆਤਮਾਨ ਨੂੰ ਵੀਰੇ ਮਾਰੇ ਬੈਕੜਾ ਪੜੇ ਮੈਂ ਨਾ ਫੋਨਾਂ ਵੀਰੇ ਹਾਮ ਤਾਂ ਬਸ ਦੁੱਖ जो हां फसी का कोडे मोड़ का टांग मोड़ का जोकर फस के 12 घंटे नु सफर त्याग रहे हमने अच्छा और जो पासपोर्ट था तो उतारा गले गला था बैग में ना भाई पासपोर्ट तुम्हारा क्विटो ले लिया था सिस्टम बॉर्डर क्रॉस करने से पहले दे ले लिए थे उन्होंने पर अच्छा टैक्सी में बैठ दे सफर के ठीक है बात भाई पासपोर्ट बहुत सारे भाई है, फोन पे आए इसके मेरे द्वारा ये भाई पासपोर्ट की और पूछी मैंने पूछ लिया क्विटो भाई का पासपोर्ट डोंकर ना कोस लिया था अच्छा ये जो बस में चढ़ रहे होते हैं आज गए घटना कैसे हुई है ਫਿਰ ਉਹ ਤਾਂ ਬਸ ਮੈਂ ਤਾਂ ਲਿਕੜਾ ਆਮ ਨਾਲ ਫੇਰ ਡੋਂਕਰ ਲੈ ਕੇ ਭਾਈ ਉਹ ਤਾਂ ਚੱਕਾ ਉਹ ਹੋਟਲ ਮੈਂ ਜਾ ਛੋੜੇ ਉਹ ਰੋਟੀ ਕੋਲੰਬੀਆ ਦੇਸ਼ ਦੀ ਬਾਤ ਆ ਮੈਂ ਮੈਡਲਿਨ ਤਾਂ ਅੱਗੇ ਕੱਲ ਹੀ ਠੀਕ ਹੈ ਫਿਰ ਉਸ ਕਾ ਮੈਂ ਆਮ ਨਾਲ ਬਸ ਰੋਟੀ ਖਵਾਈ ਉਹਨੇ ਰੋਟੀ ਖਵਾਉਂਦੇ ਫਿਰ ਅੱਗੇ ਮਸਮੇ ਬਿਠਾ ਦੇ ਮੈਂ ਅੱਗੇ ਫਿਰ ਮਾਰ 11 ਘੰਟਿਆਂ ਸਫਰ ਤਾਂ ਭਾਈ ਅੱਛਾ ਫਿਰ ਮੈਂ ਜਿਹੜਾ ਪੁਨਾਮਟ ਜੰਗਲ ਮੈਂ ਬੜਨ ਦਾ ਉਸ ਤਾਂ ਪਹਿਲਾਂ ਪਹੁੰਚ ਗਏ ਥੇ ਆਮੇ ਉਹ ਮੈਂ ਉਹਨੇ ਇੱਕ ਬੰਦਾ ਮਿਲਿਆ ਉਹ ਬੰਦਾ ਮਿਲਿਆ ਮੈਂ ਉਹਨੇ ਲੈ ਗਿਆ ਇਮੀਗ੍ਰੇਸ਼ਨ ਆਫਿਸ ਮੈਂ ਉਹਨੇ ਮਾਰਤਾ ਇਮੀਗ੍ਰੇਸ਼ਨ ਆਫਿਸ ਤੇ ਹਫਤਾ ਕਾ ਇੱਕ ਕੰਟਰੀ ਪਾਸ ਆਊਟ ਮਿਲੇਗਾ ਲੀਗਲ ਤਰੀਕਾ ਦਾ ਉਹ ਦਵਾ ਦਿਆ ਅੱਛਾ ਉਹਨਾਂ ਵੀ ਤੇ ਦੇ ਦਿਓ ਅੰਬੀ ਤੇ ਦਾ ਆਪਣਾ ਉਹਨਾਂ ਮਨਾਇਕ ਮਾਰਤਾ ਕਾ ਕਰਦੇ ਦਿਆ ਹਫਤਾ ਵੀ ਤੇ ਉਹਦੇਸ਼ ਮਾ ਉਹਨਾਂ ਛੋੜਨਾ ਥਾ ਉਹਨਾਂ ਲਿਖ ਕੇ ਦੇ ਦਿਆ ਮਰਦਾ ਫਿਰ ਮਾ ਮੈਂ ਉਹਨਾਂ ਬਾਈ ਮਾਰੀ ਸਮੁੰਦਰ ਦਾ ਰਸਤਾ 5-6 ਘੰਟਿਆਂ ਦਾ ਉਹਨਾਂ ਦੀ ਟਿਕਟ ਕਰਾ ਦੇ ਉਹਨਾਂ ਉਸ ਦਾ ਆਧਾਰ ਪਰ ਮਨਾਇਆ ਠੀਕ ਹੈ ਫਿਰ ਮਾ ਮੈਂ ਉਸ ਕਿਸ਼ਤੀ ਮੇ ਬੈਠੇ ਬਾਈ ਅੱਛਾ ਜਿਸ ਨੇ ਕਈ ਬਾਲਕ ਮਾਰਾ ਗੱਲਾਂ ਵਾਲੇ ਮੋਤ ਕੀ ਕਿਸ਼ਤੀ ਵਗੈਰਾ ਦੇ ਹਾਂ ਠੀਕ ਹੈ ਬਾਤ ਹੈ ਕਿਉਂਕਿ ਉਸ ਕਿਸ਼ਤੀ ਮੈਂ ਸਿਚੁਏਸ਼ਨ ਇਸੀ ਹੋ ਬਾਈ ਕਿਸ਼ਤੀ ਉਹ ਛੋਟੀ ਬੰਦੇ ਹੋ ਐਬਲ ਜਿਸ ਟਾਈਮ ਉਹ ਚੱਲ ਹੈ ਅੱਗ ਤਾਂ ਉੱਠਦੀ ਚੱਲ ਹੈ ਧਰਤੀ ਪਾਣੀ ਮੇ ਸਿਸਟਮ ਲੱਗਣ ਨੂੰ ਲੱਗਦੇ ਨੇ ਸਿਰ ਕਮੇ ਕੋ ਗਈ ਠੀਕ ਹੈ ਬਾਤ ਆਦਮੀ ਮੌਤ ਦੇਖਾ ਉਹ ਸਿਚੁਏਸ਼ਨ ਹੋ ਬਾਈ ਸਮੁੰਦਰ ਕਮੇ ਅੱਛਾ ਦੇਖੋ ਮੈਂ ਇੱਕ ਵੀਡੀਓ ਬਣਾਈ ਸੀ ਪਹਿਲਾਂ ਉਸ ਮੈਂ ਕਿ ਹੈ ਬੰਦੇ ਕਿਸ਼ਤੀ ਬਿਠਾ ਦੀ ਉੱਪਰ ਕੋ ਪੱਲੜ ਮਾਰ ਦਿਆ ਥਾ ਆਪ ਕਲਾ ਵੀਸਾ ਕੁਛ ਹੋਇਆ मैं मार कुछ नहीं हुआ, लेकिन बंदे ज़्यादा होश्ती अच्छा, थे, थे, टोटल टोटल थे पाकिस्तानी भी थे, से भी थे।, पाकिस्तान ने भी थे अच्छा, इंडियन भी थे और कौन, कौन है भाई? अच्छा जो अपना किश्ती की घटना बता रहे कोलंबिया की घटना है कोलंबिया का पनामा जंगल में बढ़ने पहुंचने पहला कपूर पांच घंटे छह घंटे सफर है समुद्र का ओडा अच्छा वो किस्ती जो आपना किस्तीगाब आप जेकर कर रहे हो आ थड़े किस्ती थी अको वा इंजन वाली किस्ती थी कितनी बज जा थी वा भाई इंजन दस को पांचवा मच्छी पकड़न वाले किस्ती हो अच्छा आदमी उन बिठाउन में अच्छा वो मस्ती मच्छी पकड़न वाले छोटे-छोटे इंजन अपना साउथ की फिल्म में देखे ना और वा वा के तो उठती चले जा वा हां ठीक है बात वो उन बेरा थोड़ी ही तेज ਬਲਕਿ ਧੋਖਾ ਹੋਮੁੰਦੀ ਮਰ ਜਾ ਠੀਕ ਹੈ ਬਾਤ ਵਾ ਕਿਸਤੇ ਦੀ ਹਾਂ ਜੋ ਆਪਕਾ ਬੈਗ ਥਾ ਆਪਕਾ ਗੱਲਾ ਥਾ ਕੋ ਕੋ ਨਹੀਂ ਥਾ ਉਸ ਟਾਈਮ ਪੇ ਉਸ ਟਾਈਮ ਮੇਰਾ ਬੈਗ ਥਾ ਗੱਲਾ ਮੇਰਾ ਅੱਛਾ ਉਸ ਬੈਗ ਕਮੇ ਮੇਰਾ 1 2 ਡਰੈਸ ਥੀ ਹਾਂ ਥੋੜਾ ਬੋ ਜੰਗਲ ਮੇ ਬਡਾਂ ਕਾ ਸਮਾਨ ਦਾ ਜੋਰ ਖਾਣ ਪੀਣ ਕਾ ਚਣੇ ਲੈ ਜਰੇ ਭਾਈ ਮਮੇ ਠੀਕ ਹੈ ਔਰ ਆਪਣਾ ਔਰ ਉਹਨੇ ਜੈਂਟ ਨੇ ਪਿੱਛੇ ਦੇ ਦੀ ਭਾਈ ਲੈ ਲਿਓ ਫੋਨ ਫੋਨ ਮਾਰੇ ਲੈ ਲੀਏ ਥੋੜਾ ਕੋ ਇਹ ਸਭ ਫੋਨ ਕਾ ਸਿਸਟਮ ਕੋ ਨਹੀਂ ਭਾਈ ਠੀਕ ਹੈ ਔਰ ਪਨਾਮਾ ਜੰਗਲ ਮੈਂ ਐਂਟਰੀ ਕਰ ਲੀ ਫਿਰ ਆਪਣਾ ਮਾ ਜੰਗਲ ਮੈਂ ਐਂ ਕਰਨ ਤਾਂ ਬਲੰਬਾ ਨੂੰ ਇਕੱਠਾ ਕਰਾਂ ਗਰੁੱਪ ਅੱਛਾ ਉੜਮਮ ਜਿਸਟ ਮੂਤਰੇ ਉਤਰ ਕਮਾ ਉਹਨੇ ਕੋਪੁਰਗਾ ਨਦਰ ਦੇਖਿਆ ਉਹਨੇ ਡੋਂਕਰ ਲੈ ਗਿਆ ਉਹ ਜੰਗਲ ਮ ਕੋਈ ਉਰਾਨ ਲੈ ਜਾ ਕੋਈ ਪ੍ਰਾਨਾ ਦੋ ਘੰਟੇ ਚਲਾਇਆ ਨੇ ਦੋ ਘੰਟੇ ਜਾ ਲੈ ਗਾ ਮ ਬਿਠਾ ਦੇ ਅੱਛਾ ਜਿੱਦ ਜਾ ਕੇ ਬਿਠਾਇਆ ਮਨੇ ਦੇਖਿਆ ਮਰਤਾ ਪੈਲਾ 200 ਬੰਦੇ ਤੇ ਅੱਛਾ ਮਾ ਮੋਰ ਬੈਠ ਕੇ 10 ਬੰਦੇ ਹੋਰ ਜਾਗਾ ਠੀਕ ਹੈ ਕਿਸ਼ਤੀ ਮੇ ਤਾਂ ਮਾਮ 10 ਬੰਦੇ ਗਏ ਸੀ ਸਤ ਮਰ ਤਬਿਰਨ ਵੀ ਕੜਾ ਗਏ ਸੀ 17 ਬੰਦੇ ਮਾਂ ਕੁਸ਼ਤੀ ਮੇ ਉਹੜ ਬੈਠ ਕੇ ਉਹ ਤਮਨ ਉਹਨੇ ਮਰਤਾ ਕੋਲ ਡਰਿੰਕ ਪੀ ਆਈ ਅੱਛਾ ਖਾਣ ਮੇ ਥੋੜੇ ਥੋੜੇ ਚੋਲ ਉਸ ਮ ये दे दिए और मैम एक घंटा बिठा गया फिर उन्होंने आपस में बात करी बात करी हमने निबेरा अच्छा। उन्होंने कहा भाई किसी ने करा मैसेज छोड़ना तो और स्पोर्ट खोला मामे उन्होंने और स्पोर्ट कर लिया मैसेज छोड़ दियो दो ने मैसेज छोड़ दिया भाई मामी जंगल में जावा हाँ कि भाई कई दिन नहीं बात टेंशन ना करियो देखो भाई ठीक है टेंशन ना करी और सपोर्ट छोड़ दी फोन आपका आपका दोरा था उस टाइम पे उन्होंने फोन दिया था हमारे तब छोड़ दियो अच्छा मैसेज मतलब एक जेंट का ग्रुप में जो पांच बंदे हैं उनका फोन दे दिए चाइनीस का फोन था नाम उनका नंबर है मेरा ना गया हूं WhatsApp पे और जंटला पे छोटे घर का नंबर पे छोटे मैसेज अपने अपने घर के नंबरों पे छोड़ दे ठीक बात अच्छा मैसेज छोड़ दिया पनामा जंगल की बातें ठीक है फिर उसके बाद हम वहां से चल दिए भाई अच्छा बारिश चल रही थी मेरा जमनू को याद है बारिश में 200 200 बंदे चले अच्छा ਮਾਮੂ ਨੇ ਚਲਾਇਆ 10 ਘੰਟੇ 10 ਘੰਟੇ ਚਲਾ ਕੇ ਜੋ ਕੀ ਜੋ ਫੜੀ ਸੀ ਉਹ ਡਾ ਮਾਮੂ ਨੇ ਛੋੜ ਦਈਏ ਉਹਨੇ 20 20 ਡਾਲਰ ਮਾਰ ਪੇ ਲੈ ਲਈਏ ਠੀਕ ਹੈ ਭਾਈ ਉਰਲਾ ਕਮਾਉਣ ਨੂੰ ਛੋੜਨ ਦਾ ਅੱਗੇ ਤਾਂ ਨਹੀਂ ਬੰਦੇ ਲੈ ਜੇ ਅਗਲੇ ਬੰਦੇ ਨੇ 40 40 ਡਾਲਰ ਲਈਏ ਠੀਕ ਹੈ 10 ਮਿੰਟ ਦਾ ਰੈਸਟ ਕਰਾਇਆ ਮਾਰਾ ਫਿਰ ਮਾਮ ਪਾੜਾ ਵਿੱਚ ਡਾਇ ਦਿਓ ਭਾਈ ਆਮ ਨੇ ਚਾਰ ਪਾੜਾ ਕ੍ਰੋਸ ਕਰੇ ਚੌਥਾ ਪਾੜਾ ਪਜਾਨੇ ਵਿੱਚ ਸਪੈਨਿਸ਼ ਮੋਨ ਨੇ ਮਾਮ ਨੇ ਉਹਨਾਂ ਤਾਜੇ ਲੱਗਾ ਹੈ ਇੱਕ ਪਾਕਿਸਤਾਨੀ ਤਾਂ ਉਹਨਾਂ ਥੋੜੀ ਬਹੁਤ ਸਪੈਨਿਸ਼ ਆਇ ਕਰਦੀ ਪੁਰਤਗੇਸੀ ਆਇ ਕਰਦੀ ਉਹ ਸਪੈਨਿਸ਼ ਤੇ ਮਿਲਦੀ ਜੁਲਦੀ ਹੋਵੇ ਤੋਸਤਾਂ ਨੂੰ ਕਹਿ ਕੇ ਗਏ ਮਾਰ ਐਰੀਆ ਤੋਂ ਲੱਕਾ ਉਰ ਖਤਮ ਹੋ ਗਿਆ ਅਗਰ ਇਬਤਾਮ ਨਦੀ ਪਾਉਗੇ ਨਦੀ ਘਟਕਣ ਚੱਲਣਾ ਨਦੀ ਘਟਕਣ ਬਿਜ ਜਾ ਅਗਰ ਤਾਂ ਉਹਨਾਂ ਕੇਲੇਆ ਬਾਗ ਪਾਉਗਾ ਕੇਲੇਆ ਬਾਗ ਮੈਂ ਪਹੁੰਚ ਨੂੰ ਸਮਝ ਲੇਤਾ ਮੈਂ ਪਹੁੰਚ ਗਿਆ ਪਾਕਿਸਤਾਨੀ ਨੇ ਮਰਤੇ ਇਹ ਬਾਤ ਪਤਾਈ ਉਹਨੇ ਟ੍ਰਾਂਸਲੇਟ ਕਰਕੇ ਠੀਕ ਹੈ ਬਾਤ ਔਰ ਜੋ ਡੋਂਕਰ تھا ਉਹ ਕੌਣ ਸੀ ਬਾਸਾ ਇਸਤੇਮਾਲ ਕਰੇਗਾ ਦਵਾ ਟੱਕਟਾ تھا ਕਿਉਂ ਮਤਲਬ ਇਹ ਕਿਹਨਾਂ ਦਾ ਦੇਸ਼ ਕਹ ਲੱਗਤਾ ਭਾਈ ਉਸ ਦੇਸ਼ ਦਾ ਡੋਂਕਰ ਉਸ ਕਾਸਾ ਕਲੱਜਾਤਾ ਭਾਈ ਉਸ ਜਹਾਂ ਦੇਸ਼ ਮੈਂ ਪ ਜਾਉਂ ਉਸ ਦੇਸ਼ ਕੇ ਡੋਂਕਰੋਂ ਮੈਂ ਸਪੈਨਿਸ਼ ਬੋਲਨੇ ਕਰਦੇ ਅੱਛਾ तो उन स्पैनिश बोले करते उए मानन छोड़ के बिक गए उदाकक में मारे एरिया खत्म हो गया आगे ध्यानता जाइयो आगे ध्यानता जाइयो भाग जो आप नदी का जिक्र वो कंटिन्यू चलन गए फिर मान दो पहाड़ और क्रॉस करे भाई उए ताजे लल्ले पास करे दो से दो से बंदा ने ठीक है फिर दो से बंदे बाद से कुछ ठग गए कुछ हर गए कुछ की में ग्रुप पार्टी के मारे अलग-अलग में रह गए सात बंदे ठीक है ਔਰ ਬਾਕੀ ਮਾਰਤਾ ਸਾਰੇ ਅਲੱਗ ਵਿਗਗੇ ਤੇ ਅੱਛਾ ਅਲੱਗ ਅਲੱਗ ਆਪਣੇ ਆਪਣੇ ਡੋਂਕਰ ਲੈ ਕੇ ਹੁੰਦੀ ਡੋਂਕਰ ਨਹੀਂ ਆਪਣਾ ਤਰੀਕਾ ਦਾ ਆਪਣੇ ਸ਼ੂਜ਼ ਬੂਤਾ ਕੋਈ ਕੋਰਾਨੇ ਵਿਖ ਜੋ ਕੋਰਾਨੇ ਵਿਖ ਜੋ ਔੜ ਬੋਲ ਬੁਲਾਈਆ ਬੋਲਾ ਆਪਣੇ ਬੋਲ ਬੁਲਾਈਆ ਬੋਲਾ ਠੀਕ ਹੈ ਬਾਤ ਹੈ ਫਿਰ ਮਾ ਸੁਕੀ ਨਦੀ ਮੈਂ ਗਏ ਸੁਕੀ ਨਦੀ ਪਾਸ ਬਾ ਮਨ ਪਹਾੜ ਕਰਾਸ ਕਰਿਆ ਫਿਰ ਮਾ ਆਪਣੇ ਨਦੀ ਪੈ ਗਈ ਤਾਂ ਹੋਣੀ ਨਦੀ ਦਾ ਸਾਰਾ ਚੱਲਣਾ ਦਾ ਕੋਈ ਹੁਸਤਪ ਰੰਨਾ ਜਾਉ ਕੋਈ ਹੁਸਤਪ ਰੰਨਾ ਚਾਉ ਉਹ ਸੁਣੀ ਸੁਣਾਈ ਸੀ ਅਗਾ ਕੇ ਦੋ ਨਦੀ ਪਾਉਂਗੀ ਤਾਂ ਅਜ ਕਹਿੰਦੇ ਆਪੇ ਕਿਵੇਂ ਪਾ ਲੈ ਗਏ আর ਉਹ ਚੀਜ਼ ਪਾ ਦੇ ਰਹਾ ਤਾਂ ਨਾਨੂ ਬੇਰਾ ਬਾਈ ਚੱਲਣਾ ਕਿੰਨਾ ਹੈ ਚੱਲਣਾ ਕਿੰਨਾ ਹੈ ਨਾਨੂ ਬੇਰਾ ਆਪੇ ਸਹੀ ਹਾਂ ਆ ਕਾ ਆਪੇ ਗਲਤ ਕੁਝ ਨਹੀਂ ਬੇਰਾ ਹੁੰਦਾ ਇੱਕ ਬ੍ਰਹਮ ਹਮ ਗਲਤ ਪਾੜ ਬੇ ਚੜਗੇ ਬਾਈ ਫਿਰ ਮਾਮ ਨੇ ਐਸਾ ਸੋਇ ਬਾਈ ਤਾਂ ਗਲਤ ਹੈਗੇ ਕਿਉਂਕਿ ਮਾਮ ਨੇ ਅੱਡ ਵੀ ਮਿਲੇ ਥੇ ਠੀਕ ਹੈ ਔਰ ਮਤਲਬ ਅੱਗੇ ਦਾ ਰਸਤਾ ਨੂੰ ਮਿਲ ਗਿਆ ਸੀ ਉਹਨੂੰ ਬਲੋਕ ਕਰ ਰਸਤਾ ਤਾਂ ਮ ਗਲਤ ਹੈਗੇ ਮਾਮ ਇੱਕ ਦਿਨ ਮ ਚੜ੍ਹੇ ਡ थोड़ा सेला था उतरना तो मुश्किल था ठीक है बात फिर माम नदियां सहारा सहारे फिर चले नदी नदिया सहारा सहारे चल दे, चलते चलते भाई फिर मामने आगे एक और ग्रुप मिले बोले भाई माम तो मामी तारा डड़ा मार गए फिर उ मारते फिर पीछे रह गए माम ने एक बंदा बंद मिलेगा गांव नाम नहीं बताया मैं उसका वो बंदा बहुत ज्यादा तकलीफ में था आता कोई पेन किलर ले लो कुछ ले लो तो दे दी माम उसे एक पेन किलर दी दिन बोलिया ठीक हो गया मैं आजूं माम उसने ਇਤਨਾ ਪਾਛਾ ਛੋੜੇ ਪੰਜ 10 ਕਿਲੋ ਦਾ ਅੰਦਾਜ਼ਾ ਹੈ ਅਰ ਮਹੱਗ ਜਾ ਕੇ ਮਮ ਡੇਰ ਲਾਉਂਗਾ ਉੜਾ ਜਿੰਨਾ ਰੋਟੀ ਪਾਣੀ ਖਾਉਂਗਾ ਮਾਰਗਲ ਚੱਲ ਪੜੀ ਠੀਕ ਹੈ ਉਹ ਬਿਲਕੁਲ ਕੋਈ ਦਿੱਕਤ ਨਹੀਂ ਭਾਈ ਤਮ ਚੱਲੋ ਮੈਂ ਆ ਜੂ ਮਾਰਾ ਇੱਕ ਬੰਦਾ ਵੀ ਤਾਂ ਪਾਛਾ ਛੋੜਦੇ ਆਮ ਨਾ ਫਿਰ ਉਹ ਬੰਨੂ ਬਿਲਕੁਲ ਨਾ ਮੈਂ ਆਉਂ ਹਾਂ ਉਹਨੂੰ ਬਿਲਕੁਲ ਤਮ ਚੱਲੋ ਤਮ ਇਕੱਠੇ ਹੋ ਲੇ ਗਰੂਪ ਨਾ ਪੜੋ ਠੀਕ ਹੈ ਮੈਂ ਆ ਜੂ ਤਮਾਂ ਉਸ ਦੀ ਬਾਟ ਦੇਖੀ ਉਹਨਾਂ ਨੂੰ ਨਹੀਂ ਮਿਲਿਆ ਬੰਦਾ ਮਮ ਤਰਕਿਓਰ ਤੋਂ ਉੱਠ ਕੇ 10 ਕਿਲੋ ਜੜਾ ਛੋੜ ਕੇ ਦੌੜੋ ਵਾਪਿਸ ਵੀ ਗਏ ਫਿਰ ਵੀ ਨਾ ਆਉਂ ਬੰ

ਬਖੜਾ ਦਾ ਪਾਣੀ ਆ ਜਾਏਗਾ ਬਸ 10 ਫੁੱਟ ਦਾ ਪਾਣੀ ਆ ਗਿਆ ਦਾ ਉਸ ਮੇ ਮਾਰੇ ਕਪੜੇ ਕੁਪੜੇ ਸਾਰੇ ਹੁੱਦਾ ਬਹਿ ਗਿਆ ਬਸ ਇੱਕ ਡਰੈਸ ਬਚੀ ਤੇ ਮਾਰੇ ਕਿਸੇ ਕੇ ਜੁੱਤੇ ਬਹਿ ਗਏ ਕਿਸੇ ਕੇ ਨਹੀਂ ਮੈਂ ਬੈਜ ਕੇ ਪਹਾੜ ਤੇ ਬੈਠ ਕੇ ਸਾਰੇ ਪਹਾੜ ਪਾ ਕਾਟੀ ਸਾਰੇ ਤੇ ਬਰਸਾਤ ਹੋਈ ਕਰਦੀ ਤੜਕੀ ਉੱਠ ਕੇ ਫਿਰ ਚੱਲਿਆ ਮਾਰ ਪਰ 2 ਦਿਨ ਦਾ ਜੰਗਲ ਰਹਿ ਜਾਦਾ ਮੈਂ ਉਹਨਾਂ ਬੇਰਾ ਹੁੰਦਾ 2 ਦਿਨ ਦਾ 3 ਦਿਨ ਦਾ ਉਹ ਮੈਂ ਉਹਨਾਂ 2 ਦਿਨ ਦਾ ਕ੍ਰੋਸ ਹੋਏ ਬੱਚੇ ਬਿਰਾ ਬਟਾ ਤਾਂ 2 ਦਿਨ ਦਾ ਜੰਗਲ ਆ ਮਾਰ ਪਰ ਕੁਛ ਨਹੀਂ ਤਾਂ ਉਸ ਟਾਈਮ ਖਾਣ ਪੀਣ ਦਾ ਸਭ ਸੋਦਾ ਬਹਿ ਲਿਆ ਤਾਂ ਮਾਰ ਨਦੀ ਮੇ ਠੀਕ ਆ ਬਾਤ ਹੈ ਉਸ ਟਾਈਮ ਮੈਂ ਉਹਨਾਂ ਪਾਣੀ ਵੀ ਕਿਰਕਰਾਟ ਦਾ ਪਾਣੀ ਹੋ ਗਿਆ ਜਦੋਂ ਹੋ ਪੀਆ ਤਾਂ ਬਾਈ ਠੀਕ ਆ ਬਾਤ ਫਿਰ ਮੈਂ ਚਲਦੇ ਰਹੇ ਫਿਰ ਮੈਂ ਰਾਤ ਕਾਟੀ ਅਗਲੀ ਉਹ ਰਾਤ ਤੁਹਾਰੀ ਨੂੰ ਵੀ ਗਿਨਾ ਸੋਣ ਮੰਨਾ ਜਾਗਣ ਮੈਂ ਜਾਗਣ ਮੈਂ ਸਹੀ ਬਾਤ ਹੈ ਭਾਈ ਅਗਲੀ ਰਾਤ ਕਾਟੀ ਭਾਈ ਅਗਲੀ ਰਾਤ ਮੈਂ ਉਹ ਉਸ ਤੇ ਬੁੰਡੀ ਕੱਟੀ ਮਾਰੇ ਭੁੱਖੇ ਦੇ ਅੱਛਾ ਜੰਗਲ ਮੇ ਕੀ ਮਖੈਂਸ ਕਰਨੇ ਕਿਉਂ ਨੂੰ ਸੁਣਾ ਦੇ ਬਾ ਜੰਗਲ ਮੇ ਕੇ ਬਲ ਕੇ ਪੱਤਾ ਕੀ ਮੈਂ ਖਾਇਆ ਗਿਆ ਤੇ ਕਿਸੋ ਲੀ ਵੱਡਾ ਜੜ ਗਿਆ ਕਿ ਹੋ ਕਿ ਮੈਂ ਮਰ ਗਲੇ ਇੱਕ ਸੋਰਾ ਕਰੂ ਸਤਰ ਕੋ ਮਰ ਵੀ ਗਿਆ ਬਾ ਕਿ ਮੈਂ ਖਾਣ ਕੇ ਬਜਾਇਦਾ ਠੀਕ ਹੈ ਬਾਤ ਹੈ ਉਸਕਾ ਕੀ ਦਿੱਕਤ ਹੈ ਪਰਮਾਤਮਾ ਜਾਣਾ ਪਰਮਾਤਮਾ ਜਾਣਾ ਠੀਕ ਹੈ ਬਾਤ ਹੈ ਬੈ ਵੀ ਥਾ ਭਾਈ ਹਾਂ ਸਚਾਈ ਬਾਤ ਹੋਇਆ ਫਿਰ ਮੈਂ ਅਗਲੀ ਰਾਤ ਵਾਹ ਜ਼ੱਡ ਮਨੂ ਵੇਟ ਕਾ ਕੱਟੀ ਵਾ ਨਾਮਰਪਾ ਕੇ ਮਿਹਾਲ ਦੇ ਕਪੜੇ ਤੇ ਹਾਂ ਨਾਮਰਪਾ ਐਗਵਲਨ ਦਾ ਸਾਧਨ ਦਾ ਨਾ ਕਿ ਮੇਰਾ ਮਤਲਬ ਬਹੁਤ ਔਖੀ ਰਾਤ ਕੱਟੀ ਵਾ ਠੀਕ ਹੈ ਵਾ ਫਿਰ ਮੈਂ ਮਤਲਿਮਾਨ ਕੇਲੇਮ ਬਾਗ ਦੇਖਿਆ ਮਰਾ ਖੁਸ਼ੀਆ ਕੀ ਬਿਤ ਮੈਂ ਬਾਈ ਨੂੰ ਕਹਿੰਦੇ 2 ਘੰਟਾ 2 ਘੰਟਾ ਉਹ ਕਹਿੰਦੇ ਬਾਈ ਮਾਮ ਨਾ ਉਹ ਦੇ ਵੀ 7-8 ਘੰਟੇ ਲੱਗੇ ਕੇਲੇ ਕੇਲੇਮ ਬਾਗ ਪਰ ਕਰਨ ਮੈਂ ਫਿਰ ਮੈਂ ਦੇਖਿਆ ਉਹ ਬੰਦੇ ਨਾਨ ਤੋਂ ਨੈਰੇ ਬਾਈ ਦੋ ਕੇਲੇਗਾ ਬਾਗ ਆ ਉਹ ਕੌਣ ਸੀ ਜਗ੍ਹਾ ਪੇ ਥਾ ਉਹ ਬਾਈ ਜਿਸ ਟਾਈਮ ਆਪੇ ਪਨਾਮਾ ਪਹੁੰਚਣ ਜਿਹੜਾ ਆਰਮੀ ਵਾਲਿਆਂ ਦਾ ਮਿਲਣ ਉਸ ਟਾਈਮ ਮਿਲੇ ਕਰਦੇ ਮੈਂ ਇਹ ਉਹ ਬੇਰਨ ਕੇ ਰਸਤਾ ਚੇਂਜ ਹੋ ਗਿਆ ਕਹਿੰਨੀ ਉਸ ਟਾਈਮ ਦਾ ਕਿਲਿਆਂ ਬਾਗ ਚਾਰ ਪੰਜ ਘੰਟਿਆਂ ਦਾ ਉਸ ਵਿੱਚ ਬਹੁਤ ਬਹੁਤ ਬੁਲਈ ਹੋਇਆ ਪੜਾ ਬਾਈ ਉਸ ਵਿੱਚ ਨਦੀ ਤੋਂ ਜਾ ਅਲੱਗ ਆਪਣੀ ਉਸ ਬਾਗ ਕਾ ਮੇ ਕੋ ਐਬਲ ਰਾਈ ਹੋ ਮੈਂ ਅੰਦਾਜ਼ੇ ਮੈਂ ਮਰ ਕੇ ਚੱਲਣਾ ਪੜਾ ਬਾਈ ਠੀਕ ਹੈ ਬਾਤ ਐ ਕਿਲਿਆਂ ਬਾਗ ਮੈਂ ਪਹੁੰਚ ਗਿਆ ਕਿਲਿਆਂ ਬਾਗ ਤੋਂ ਕ੍ਰੋਸ ਕਰਕੇ ਆਉਂਦੇ ਦੇਖੇ ਬੰਦੇ ਨਾਣ ਲੱਗ ਰਹੇ ਥੋੜੀ ਖੁਸ਼ੀ ਹੋਈ ਬਾ ਬੰਦੇ ਹੈ ਹਾਂ ਬੰਦੇ ਆ ਸਰੀਰ ਬਹੁਤ ਜ਼ਿਆਦਾ ਟੁੱਟ ਲਿਆ ਦਾ ਐਸਨ ਖਤਮ ਹੋ ਲਈ ਦੀ ਮਾ ਮੈਂ ਦੇਖਣ ਹੀ ਲੱਗੇ ਦੇਖੇ ਹੁੰਦੇ ਆ ਆਪਣੇ ਇੰਡੀਆ ਦੇ ਵਿੱਚ ਰੁੱਕੇ ਮਾਨ ਲੱਗੇ ਆਮ ਨੇ ਦੇਖਿਆ ਕਿਉਂ ਉਹ ਗਰੁੱਪ ਆ ਬਾਲ ਪਾਸਲੇ ਬਾਲ ਰੁੱਕੇ ਕਹਿ ਗਿਆ ਗਿਆ ਕਿ ਪਹੁੰਚੇ ਪਹੁੰਚੋ ਆਗੇ ਉਹ ਮਾ ਉਹ ਭਾਈ ਜੋ ਕਰ ਚਾਰ ਪੰਜ ਭਾਈ ਥੇ ਮਾ ਨੇ ਲੇਕਿਨ ਉਹ ਲਖਤਲ ਪਹਲਾਂ ਆਰ ਮੇਲਾ ਲੌ ਇੰਟਰੀ ਕਰਾਉ ਫਿਰ ਆਪਾਂ ਨੂੰ ਰੋਟੀ ਪਾਣੀ ਖਵਾਉਂਗੇ ਕਰਨਾਲ ਕਾਨੀ ਦੇ ਵਿੱਚ ਭਾਈ ਰੋੜਾਂਗੇ ਭਾਈ ਥੇ ਫਿਰ ਮਾ ਨੇ ਇੰਟਰੀ ਕਰਾਈ ਉਹਦਾ 1 ਘੰਟਾ ਹਰਲਾ ਦਿਾਰ ਮੇਲੇ ਨ ਮਾਰ ਪਾ 5-5 ਡਾਲਰ ਲੈ ਲਈ ਭਾਈ ਅੱਛਾ ਫਿਰ ਉਹਨਾਂ ਮਰਤਾ ਨੂੰ ਕਹਿ ਦਿਆ ਭਾਈ ਇਹਨਾਂ ਕੋਹਾਂ ਮਕਾਨ ਮਰੋ 1 ਡਾਲਰ ਇੱਕ ਦਿਨ ਦਾ ਦੇਣਾ ਪੜਾਗੇ ਇਤਨੇ ਰਹੋਗੇ ਔਰ ਖਾਣਾ ਤਾਂ ਰਪੀਸ਼ੇਗਾ ਔਰ ਦਾਲ ਚੋਲ ਪੂਰੀ 500 ਰੁਪਏ ਮੈਂ ਦੇ ਦੇ ਕਰਦੇ ਹਾਂ ਠੀਕ ਹੈ ਤੁਮਾਂ ਉੱਠੇ ਔਰ ਕੁਛ ਭਾਈ ਆਪਣਾ ਖੁਦ ਦਾ ਬਣਾ ਲੈ ਕਰਦੇ ਆ 5 ਡਾਲਰ ਮੈਂ ਦੇ ਦੇ ਕਰਾਂ ਤੇ ਮੇਰਾ ਸ਼ਬਦ ਹੈ ਹਾਂ 5 ਡਾਲਰ ਮੈਂ 5 ਡਾਲਰ ਮੈਂ ਮਤਲਬ ਕਿ ਅਗਰ ਆਪਾਂ 8 80 ਦਾ 8 5 40 400 ਜੇ ਸਰ ਵੀ ਰੋਟੀ ਮਿਲ ਜਾਏਗੀ ਦੇਖੋ ਖੁਦ ਮਣਾਣਾ ਚਾਹੋ ਖੁਦ ਮਣਾ ਲਿਓ ਜਦੋਂ ਪਿਛੇ ਨਹੀਂ ਤੇ ਮੈਂ ਮੈਂਕਾ ਆਰਮੀ ਵਾਲੇ ਨੂੰ ਤਾਂ ਤੋੜ ਤਾਲ ਕੇ ਮੈਂ ਦੇ ਦੇ ਕਰ ਦੇ ਉਹਨਾਂ ਕੋਲ ਮਣਾ ਲਿਗਦੇ ਤੋ ਇੱਕ ਬਾਈ ਜਾਨਾ ਰੋਟੀ ਬਣਾ ਰખીਦੀ ਉਸ ਸਮੇਂ ਆਪਣੇ ਦੂਸਰੇ ਟੈਂਟ ਕੇ ਤੇ ਇੱਕ ਕਨਾਲ ਨਿਸ਼ੰਕਾ ਦਾ ਇੱਕ ਖਰੜਾ ਕਾ ਦਾ ਨੈਗੀ ਕਹਿੰਦੇ ਚੋਰਨ ਕਰੰਬੀ ਨਾਮ ਦਾ ਉਹਨਾਂ ਮਾਰ ਤਬਾ ਰੋਟੀ ਖਵਾਈ ਠੀਕ ਹੈ ਅਸੀਂ ਸੋਗੇ ਤੱਕ ਉੱਠੇ ਫਿਰ ਮਾਨੂੰ ਪਿਛੇ ਸਾਬਲਾ ਬਾਈ ਉਹ ਕਈ ਕਈ ਦਿਨ ਲਗਾ ਹਾਲ ਜਾਣਾ ਬਾਈੜ ਕੇ ਟੇ ਮੈਂ ਕੇ ਸਿਸਟਮ ਕੇ ਨਹੀਂ ਔਰ ਤਮਾਮ ਨੇ ਦੇਖਿਆ ਭਾਈ ਐਡ ਤੋਂ ਪਿੱਛੇ ਧਰਪਾ ਥੋੜੇ ਮਾਮ ਨੇ ਭਾਈ ਰੋਟੀ ਖਾਣੀ ਵੀ ਕੰਮ ਕਰ ਦਿਓ ਪ੍ਰੋਪਰ ਤਰੀਕਾ ਦਾ ਮਤਲਬ ਇੱਕ ਤੋਂ ਤਿੰਨ ਟਾਈਮ ਖਾਵੇ ਇੱਕ ਆਦਮੀ ਦੋ ਟਾਈਮ ਖਾਵੇ ਕੋਈ ਇੱਕ ਟਾਈਮ ਖਾਵੇ ਸਿਸਟਮ ਬਣਾ ਦਿਆ ਹਮਨੇ ਭਾਈ ਮਾਰਾ ਗੁਜ਼ਾਰਾ ਹੋ ਜਾ ਮਾਮ ਆਗਾ ਪਹੁੰਚ ਜਾ ਕਿਉਂ ਆਗਾ ਹੀ ਪਿੱਛੇ ਦੇਣੇ ਹਾਰ ਮੈਂ ਚੌਥਾ ਦਿਨ ਮਾਰਾ ਔਰ ਤਾਂ ਨੰਬਰ ਪੜਿਆ ਭਾਈ ਆਗਾ ਬਿੱਗੇ ਮਾਂ ਵਿੱਚ ਲਗਾ ਮੈਂ ਔਰ ਜਾ ਕੇ ਦੇਖੇ ਔਰ ਤੇ ਬੁਰਾਲ ਔਰ ਇਤਨਾ ਚੋਲ ਦੇ ਮੈਂ ਕੋਈ ਮੀਠ ਦੇ ਦੇ ਕੁਛ ਕੀ ਮੈਂ ਮਤਲਬ ਨਾ ਔਰ ਤਾਂ ਬਾਹਰ ਤੱਕ ਕੈਂਟੀਨ ਮੇਲੇ ਸਕਾਂ ਪੇ ਬਿੱਤਰ ਵੀ इतना कौन मिला भाई छिक ले लाइन में लैके खाना था लाइन में जिसने ले लिया ले लिया पास खत्म हो गया है रह गए रह गए ओड़ लगाई भी थी सारे राय थे उस कैंप में फिर उस कैंप में एक सिस्टम ना जिस पर पैंतीस डॉलर हैं तो अगर पास में किराया मांगा दे तो अगर जाओ

हां कुछ भाई के एसलैंडर समझ दोगे लेकिन भाई सरेंडर करया है मतलब उनते सौंप देना हां अगला देश तो सौंप दे कोस्टा रिका ठीक है इमिग्रेशन वाला था उनू कैंप में 3 दिन रखे भाई ओडमार कंट्री पा आउट मना दिया ठीक है फिर ओडमारी जंटंगला बात हुई फोन मिलके मां ने रिचार्ज कराए जंटंगला बात के घरा बात करी भाई मम ठीक ठाक हां घर के आने बहुत खुशी हुई अब हमारे बालक क्योंकि सब तो डोंकी में सब तो मुश्किल के जंगल जंगला ओमान को क्रॉस कर दिया क्रॉस कर लिया था फिर दिक्कत तो उससे भी आगे थी भाई एक जंगल और था गए नकारा गोआ जंगल का तीन दिन पास माम चलती गाड़ियां में चल के फिर अगला बॉर्डर पहुंच गए मामे निकारा गोवा मैं बॉर्डर पार करना पड़ा है सारा दो नंबर में पार करना पड़ा भाई ओडा एंट्री कौन दें बिगे दे। बिगे मामने रात में चलना था, था। मेरा बुखार हो गया भाई माम जेंट तें हट गया माम बॉर्डर क्रॉस नहीं कर दे मारे दिक्कत है ठीक है तीन दिन लग रहे माम ओडा एक भाई और ज्यादा दिक्कत हो माम ने डॉक्टर लेकर गया डॉक्टर ने क्या किया ਅਗੇ ਕੁਛ ਨਹੀਂ ਤੋਂ ਬਹਾਨੇ ਕਰ ਰਹੇ ਹਾਲੇ ਜਾਣੇ ਮਾਰੇ ਲੇਕਿਨ ਵਾਸਤਵ ਮੇਂ ਦਿੱਕਤ ਮੈਂ ਦੇਮ ਠੀਕ ਹੈ ਆਮਨੇ ਦੇਖਿਆ ਮਹਾੜਾ ਪੜੇ ਪੜੇ ਨਾ ਦਵਾਈ ਨਾ ਭੱਟੀ ਹੂੰ ਚੱਲੋ ਜੋ ਮਣੇ ਦੇਖੇ ਜਾਉਗੇ ਹਾਂ ਹਾਂ ਉਸ ਟਾਈਮ ਤਬੀਤ ਬਹੁਤ ਜ਼ਿਆਦਾ ਡਾਊਨ ਸੀ ਦੋ ਭਾਈ ਯਹੀਂ ਮਾਰੇ ਇੱਕ ਮੇਰੀ ਇੱਕ ਹੋਰ ਕੀ ਭਾਈ ਮਮਨੇ ਕ੍ਰੋਸ ਕਰਿਆ ਜੰਗਲ ਜੰਗਲ ਕ੍ਰੋਸ ਕਰਦੇ ਮਮ ਥੋੜੀ ਹੀ ਦੂਰ ਚੱਲੇ ਅਰੇ ਘੰਟੇ ਗ ਜੋ ਬਾਰਡਰ ਪਾਰ ਕਰਨਾ ਪੜਿਆ ਉਸਮੇ ਕੜੀ ਬਿਜਲੀ ਨਤਾਰ ਸੀ ਉੱਚਾ ਨੀਚਾ ਨਾ ਵੇਰਾ ਤੋਂ ਉਸਮੇ ਬੰਦਾ ਹੋਵੇ ਗੱਲੇ ਓੜ ਮਰ ਬੇ ਮਾਫੀ ਪੜ ਗਿਆ ਦਾ ਭਾਈ ਠੀਕ ਹੈ ਬਾਤ ਉਹ ਮਾਪੇ ਤੋਂ ਕੁਸ ਮਾਰ ਬੱਚਾ ਖੁਚਾ ਉਹ ਵੀ ਲੈ ਕੇ ਆ ਰਹਾ ਹੋਦਾ ਮਾਰੀ ਇੱਕ ਦੋ ਬੱਟੀ ਦੇ ਰੱਖੀ ਦੋ ਨਾ ਕੋਈ ਉਸ ਕੀ ਪੈਰਾਸੀਟਾਮੋਲ ਕੀ ਉਹ ਵੀ ਜਾਣਦੀ ਰਹੀ ਉਹਦੇ ਮਤਲਬ ਤਬੀਅਤ तो खराब थी, थी, थी थोड़ा बहुत काम चलान है ले रहे थे हाँ। जानती रही हमारी अच्छा मतलब कितने का बंदे थे भाई हाथ में के हथियार ले रहे थे में। भाई में। थे पांच बंदे अच्छा। दो तो एक फोटो शाम ले रहे थे हाँ। दो सिक्सर ले रहे थे अच्छा। दो में पिस्टल ले रहे थे भाई अच्छा मैं इंग्लिश में बोले भाई सरेंडर कर दो ऐसा कुछ इंग्लिश में बोले उनकी भाषा में ਸਪੈਨਿਸ਼ ਮੈਂ ਸਪੈਨਿਸ਼ ਮੈਂ ਨਾ ਮਾਰਾ ਕੁਝ ਸਮਝ ਮਾਈ ਉਹਨਾਂ ਕਹੇ ਤੋ ਕਹੇ ਨਹੀਂ ਹਾਂ ਜੋ ਮਾਰੇ ਗੱਲਾਂ ਵਾਲੇ ਉਹਨਾਂ ਇਸ਼ਾਰਾ ਕਰਿਆ ਬਈ ਬੈਠ ਜੋ ਹਾਂ ਤਾਂ ਬੈਠ ਜੋ ਮਾ ਉਹਨੇ ਮੇਰਾ ਸਭਾ ਮਾਫੀ ਪੜੀ ਗਿਆ ਤੋ ਬੈਠਣਾ ਬਾਅਦ ਜਿਹੜਾ ਕੋ ਚਾਰਾ ਉਹਨਾਂ ਬੈਠ ਕੇ ਨਾ ਤਾਂ ਬੈਗ ਇੱਕ ਸਾਈਡ ਗੇੜੀ ਦੇ ਉਹਨਾਂ ਸਾਰੇ ਬੈਕ ਕਰੇ ਲਈ 1 ਘੰਟਾ ਲੈ ਦਿਆ ਜੋ ਕੁਛ ਉਹਨਾਂ ਸੌਦਾ ਲੈ ਜਣਾ ਲੈ ਗਏ ਜੋ ਕੁਛ ਮਾਰੇ ਬੱਚਿਆ ਕੋਈ ਪੈੜ ਗਏ ਕੋਈ ਚਿੜ ਗਏ ਕੋਈ ਕਿਵੇਂ ਕਰ ਗਏ ਨੂੰ ਕਰ ਗਏ ਅੱਛਾ ਲੈ ਮੈਂ ਰਹਿ ਤਾਂ ਨਹੀਂ ਕੋਈ ਨਾ ਮਰਦੇ ਪਿੱਟਦੇ ਕੋਣ ਬਾਈ ਮੈਂ ਆਪਣਾ ਸਮਾਨ ਜਸ ਕੋਈ ਪਿੱਛੇ ਪਾਸੇ ਨਹੀਂ ਤੇ ਉਸ ਦਾ ਮੈਂ ਰਿਪੀਟ ਦਾਂ ਮਾਰ ਗੱਲ ਕੋਈ ਨਹੀਂ ਸੀ ਘਟਨਾ ਔਰ ਗਰੁੱਪਾਂ ਸੁਣੀ ਹੈ ਠੀਕ ਹੈ ਬਾਤ ਹੈ ਫਿਰ ਮੰਭ ਗਏ ਵਿਗਿਆ ਗਿਆ ਜਗਾ ਮਾਨਵ ਕ੍ਰੋਸ ਕਰਕੇ ਇੱਕ ਰਾਤ ਨਾਮ 9 ਵਜੇ ਹੀ ਉੜਮਾਨ ਨੂੰ ਹੋ ਗਿਆ ਤਾਨੂੰ ਜਿਪ ਸੀ ਜਾਗੇ ਪਿੱਡਾ ਤਲਾ ਤੇ ਜੋ ਚੰਦਨੀ ਰੈ ਤੋ ਅਰੰਦੇ ਰਾਮ ਖੜਿਆ ਉਹ ਆਦਮੀ ਕेंदੂ ਕਪ ਕेंदੂਪੁਰ ਦਾ ਪਿੱਡਾ ਤਾ ਉਸਕਾ ਨੀਚੇ ਘੇੜ ਦਿਆ ਅਮੀ 7 ਬੰਦੇ ਦੇ ਆਮ ਪੜੇ ਰੇ 2 ਘੰਟੇ ਉੜ ਕੀੜੀਆਂ ਦਾ ਸੰਡਾੜਦਾ ਭਾਈ ਸਾਰੇ ਰਾਤ ਉਹ ਡੋਂਕਰ ਗੱਲਾ ਥਾ ਮੈਂ ਦਰਸ਼ਕਾਂ ਨੇ ਬਤਾਇਆ ਉਸ ਟਾਈਮ ਪਰ ਡੋਂਕਰ ਗੱਲਾ ਥਾ ਠੀਕ ਹੈ ਅੱਛਾ ਕੀੜੀਆਂ ਦਾ ਕੀੜੀਆਂ ਸੰਡਾਰ ਮਾਰ ਉੱਪਰ ਤੋਂ ਚੱਲੇ ਗਿਆ ਮਾਰ ਖਾਜ ਮੱਚ ਗਿਆ ਹਮਨੇ ਨੂਆ ਗੱਬਾ ਥੋੜੀ ਬਹੁਤ ਹਣਾ ਥੋੜੀ ਬਹੁਤ ਫਿਰ ਗੱਡੀ ਆਈ ਮਾਮ ਗੱਡੀ ਮੈਂ ਗੱਡੀ ਕੋ ਪਛਾ 5 ਬੰਦੇ ਤਿੰਨ ਜਗਾਂ ਉਹ 7 7 ਬੰਦੇ ਉਹ ਸੁੱਟ ਦਿਓ ਉਪਰ ਤੱਕ ਠੀਕ ਹੈ ਫਿਰ ਉਸ ਮਾਮਾ ਚੱਲੇ ਉਹ ਮਾਣ ਨੇ ਦੇਸਪਾਰ ਕਰ ਦਿਆ ਅਗਗੁਆਟੇਮਾਲਾ ਪਹੁੰਚ ਗਏ ਬਾਈ ਬਾਈ ਗੁਆਟੇਮਾਲਾ ਬਾਈ ਪਹੁੰਚ ਗਿਆ ਹੈ ਸਟੇ ਮਚ ਨਹੀਂ ਉਹ ਬਤਾਜਾ ਉਹ ਗੱਡੀ ਆਈ ਥੀ ਉਹ ਕਿਆ ਕੀ ਗੱਡੀ ਥੀ ਕੌਨਸੀ ਗੱਡੀ ਥੀ ਵਾ ਬਾਈ ਨੂੰ ਤੋਂ ਮੇਰਾ ਕੌਨ ਕੌਨਸੀ ਗੱਡੀ ਥੀ ਅੱਛਾ ਉਹ ਡੋਂਕਰਾਂ ਦੀ ਗੱਡੀ ਥੀ ਅੱਛਾ ਉਹਨਾਂ ਵਿੱਚ ਇੱਕ ਡੋਂਕਰ ਤੋਂ ਇੱਕ ਗੱਡੀ ਉਹਨਾਂ ਕਾ ਅੱਗਾ ਥੀ ਇੱਕ ਪਛਾ ਥੀ ਇੱਕ ਮਾਮਾ ਮਿਟਾਰ ਕੇ ਉਸਮੇ ਤਾਂ ਹਿਮਾ ਗੱਡੀ ਮੈਂ ਬੈਠੇ ਤੇ ਉਹ ਦਾਰੂ ਤੋਂ ਪੀ ਰਿਆ ਥਾ ਠੀਕ ਹੈ ਅਰ ਗੱਡੀ ਨੂੰ ਉਹਨੂੰ ਬਰਕਿਤ ਨਹੀਂ ਸਪੀਡ ਦਬਾਜਦੇ ਕਿਤਨੀ ਤੇ ਨਹੀਂ ਠੀਕ ਅੱਛਾ ਸਚਾਈ ਬਾਤ ਹੈ ਵੀਰ ਲੈ ਰਿਹਾ ਤਾਂ ਮੌਕਾ ਵੀ ਪੀਣ ਲੈ ਰਿਹਾ ਤਾਂ ਮੌਕਾ ਵੀ ਪੀਣ ਲੈ ਮਾਮਨਾ ਨੂੰ ਰਹਿ ਪੰਚਾਇਤ ਦੇ ਬਸ ਜੜੇ ਪੰਚਾਇਤ ਵਗਾ ਦਰਦੇ ਹੈ ਬਸ ਸਿਕਰਟ ਕੇ ਸੁੱਟੇ ਹੀ ਮਰਦਾ ਹੋਗਾ ਅੰਨਾ ਸਿਗਰਟ ਤੋਂ ਪੀਗੋ ਨਾ दारू ਪੀਣ ਲੈ ਰਿਹਾ ਪੂਰੀ ਆਵਾਜ਼ ਮਗਾਣੇ ਦੇ ਉਸਕੇ ਪੂਰੀ ਸਪੀਡ ਮੇ ਗੱਡੀ ਚੱਲੀ WhatsApp ਪਾ ਕਾਲ ਥੀ ਉਹਨਕੇ ਅਗਲੇ ਅਗਲੇ ਵੀ ਪਾਸੇ ਲੈ ਅਗਲੇ ਠੀਕ ਹੈ ਬਾਤ ਅੱਛਾ ਅੱਗਾ ਪਾਸੇ ਗੱਡੀ ਦੇ ਮਾਰੇ ਹਾਂ ਠੀਕ ਹੈ ਬਾਤ ਉਸ ਗੱਡੀ ਮੇ ਲੋਰ ਮਾਲ ਕੋਨ ਥਾ ਬਾ ਅਕੋਰ ਕੋਲ ਮਾਲ ਕੀ ਭਰੀ ਥੀ ਗੱਡੀ ਵਾ ਨਾ ਹੋਰ ਕੋਨ ਥਾ ਕੁਛ ਭਾਈ ਅੱਛਾ ਤੋ ਭਾਈ ਗੁਆਟੇ ਮਾਲਾ ਪਹੁੰਚ ਗਿਆ ਗੋਟੇ ਮਾਲਾ ਬਾਈ ਮਾਮਨੇ ਜੈਂਟ ਨੇ ਰੱਖੇ ਇੱਕ ਬੰਦਾ ਘਰ ਆ ਉੜਵਾ ਨੂੰ ਖੁਦ ਖਾਣਾ ਹੋ ਗਦਾ ਖੁਦ ਪੀਣਾ ਹੋ ਗਦਾ ਉਹ ਬੰਦਾ ਸਾ ਨਸੇੜੀ ਉਹ ਸਾਨਾ 20 ਰੁਪਏ ਕੇ ਗਾਲ ਲੱਗਦੀ ਕਰਦਾ ਮਾਤ ਦੇਣ ਅੱਛਾ ਰੋਟੀ 7 ਵਜੇ ਲਗਮਾਨ ਮੈਂ ਖੈਲੀ ਖੈਲੀ ਨਹੀਂ ਖੈਲੀ ਨਹੀਂ ਸੀ ਅੱਛਾ ਤਾਂ ਇੱਕ ਵੀ ਨਾ ਜੈਂਟ ਨੇ ਮਾਮ ਰੱਖ ਕੇ ਜੈਂਟ ਤਾਂ ਫੋਨ ਕਰਕੇ ਗਾਲਾਂ ਦੇ ਦੇ ਜੈਂਟ ਫੋਨ ਥਾਣੇ ਬੰਦ ਕਰ ਗਿਆ ਮਾਰੇ ਉੜ ਮਾਰੇ ਚਾਜ ਵੀ ਖਤਮ ਹੋ ਗਿਆ ਠੀਕ ਹੈ ਫਿਰ ਮਾਮਨੇ ਘਰਾਂ ਫੋਨ ਕਰਕੇ ਅਗਰ ਕੇ ਤਕੜੇ ਕਰੇ ਮਾਮ ਮਾਰਤਾ ਕੇ ਕੱਟ ਦਈਏ ਠੀਕ ਹੈ ਫਿਰ ਮਾਮਨੇ ਕਿ ਨਦੀ ਪਾਰ ਕਰੀ ਟਿੱਪਾਂ ਤੇ ਬੈਠ ਕੇ ਅੱਛਾ टीपमा बैठक जो अपना ये मोटरसाइकिल ट्रैक्टर ट्रैक्टर टीप थी, थी भाई उनका प्रोवेट का एक नदी पार करी बहुत चौड़ी नदी थी अच्छा और पार कर कमा मेक्सिको भी गया मेक्सिको कैंप लाया भाई अच्छा तो पहुंच गया भाई लेकिन मैं टीप का चेकर करूंगा जोला टीप ट्रैक्टर की टीप है वो खुद तमने चलानी आएगी थी थोड़े बहुत अभ्यास करा था पहले कुछ को नहीं भाई मारसा उसके ऊपर बैठेगा हां अर्धका दे दिया वो परला हिरावेली गिर गई अपना पहुंच गए ठीक है बात अच्छा मेक्सिको भाई पहुंच गया जो हर एक इंसान का सपना हुआ कि मेक्सिको की कांत आवेगी और मैं वो कांत टपूंगा और अमेरिका जाऊंगा उस कांत तो बहुत दूर थे भाई मामे अच्छा मेक्सिको हमतरला शिरम दे कांत ऊपरला शिराव कांत ऊपर रात का सपना रा रह रेलता भाई का दूर रा रह रे भाई लता ओड़ा भाई कैंप में बिगे कैंप में जगह देखे मोने कैंप में बहुत बुरे हालात थे वास्तव में अच्छा क्योंकि ओड़ा कोठड़ी ही थी उस कोठड़ी काम में जरा 5 आने 10 फीट जो 10 जगह 15 फीट जो उसमें ना खाने ना मिला था भाई सच्चाई बात है ओड़ा तो कोई ਬਿੰਨਾ ਔਰ ਤੇ ਡਿਪੋਟ ਵੀ ਹੈ ਬਾਲਾ ਔਰ ਤੇ ਫਿਰ ਜਮਨ ਦਿਲ ਟੁੱਟਦਾ ਠੀਕ ਹੈ ਇੱਕ ਮਾਰ ਅਗਲਾ ਥੋੜਾ ਨਾਮ ਨਹੀਂ ਆ ਉਹਨੇ ਕਿ ਤੇਰੀ ਬਾਣਾ ਤਾਂ ਡਿਪੋਟ ਹੋਗਾ ਅੱਛਾ ਅਰੇ ਐਤਨੇ ਉੱਪਰ ਜਾਲੀ ਸੀ ਭਾਈ ਠੰਡ ਵੀ ਆਕੇ ਕਰਕੇ ਉੱਪਰ ਐਤਨੇ ਪਾਣੀ ਵੇ ਗੇੜ ਤੇ ਕਰਦੇ ਮਾਰੇ ਵਿੱਚ ਅੱਛਾ ਵੇ ਔਰ ਲੈਟਰਿੰਗ ਜਿਹੜਾ ਵੀ ਲੈਟਰਿੰਗ ਕਰਿਆ ਲੈਟਰਿੰਗ ਤੇ ਉਹਨਾਂ ਕੋ ਉੱਪਰ ਪਿੰਡਾ ਪਾਣੀ ਦਾ ਭਾਈ ਔਰ ਤਾਰੀਕਾ ਅੱਛਾ ਦੋ ਸੱਪਤਾ ਪੂਰਾ ਹਲਾ ਤਾ ਉਹ ਭਾਈ ਠੀਕ ਹੈ ਉਹ ਮਮ ਨੇ 4 ਦਿਨ ਕੱਟੇ ਬਸ 4 ਦਿਨ ਬਸ ਬਹੁਤ ਖੁਸ਼ ਹੋਈ ਉਰਤਲੀ ਕੜੇ ਬਹੁਤ ਬੜੀ ਫੀਲਿੰਗ ਭਾਈ ਉਰਤ ਨਰਕਤਾ ਪੈਂਡਾ ਸੀ ਤੇ ਅੱਗੇ ਦੇਖ ਜਾਈ ਕਿੰਨੇ ਫਿਰ ਮੈਂ ਮੋਟਲ ਵਿੱਚ ਗਿਆ ਭਾਈ ਓਟਲਾ ਮ ਰਹਿ ਓਟਲਾ ਮੇ ਮਾਰੀ ਟਿਕਟ ਕਰਾਦੀ ਫਲਾਈਟੋ ਵੀ ਮਾਰੀ ਫਲਾਈਟ ਹੋ ਗਮ ਅੱਗੇ ਵਿਗ ਗਿਆ ਉੜੋ ਸਕਾਂਦਲੋ ਪਹੁੰਚ ਗਏ ਤੇ ਜਿਹੜਾ ਮਾਨੂੰ ਜਾਣਾ भाई कांदोरा पहुंच गया भाई का सपना बहुत ज्यादा नजदीक था सपना भाई का पूरा होने वाला था लेकिन मैं एक बात पूछूंगा आउटला में रुके करो तो खर्चा पानी कौन दे करता केक के, के खाए करते आउटला में भाई जेंट खर्चा बने दे करता अच्छा उड़ तो अपनी इंडियन रोटियां वगैरह रोटी मिल जाएगी करदी दाल मिल जाएगी सब्जी मिल जाएगी आलू गोभी मिल जाएगी मतलब अपना इंडियन ने ਜੈਂਟ ਨੇ ਹੋੜਾ ਅੱਛਾ ਇੰਡੀਆ ਦਾ ਸਿਸਟਮ ਦੋੜਾ ਭਾਈ ਮੈਕਸੀਕੋ ਪਹੁੰਚ ਗਿਆ ਹੈ ਭਾਈ ਕੇ ਪਾਸ ਖੁਦ ਦਾ ਫੋਨ ਵੀ ਨਹੀਂ ਥਾ ਨਾ ਭਾਈ ਫੋਨ ਕੋ ਹੁੰਦਾ ਮਰ ਜੈਂਟ ਨੇ ਦੇਖਿਆ ਬਿਰਨ ਕੋਈ ਇੰਟਾਇਲ ਬਿਰਨ ਕਿਸੇ ਕੰਪਨੀ ਦੀ ਵਾ ਅੱਛਾ ਕੱਲੇ ਕੱਲੇ ਤਾਂ ਇੱਕ پورا ਗਰੁੱਪ ਤੇ ਇੱਕ ਸਾਤ ਵਜੇ ਦਾ ਗਰੁੱਪ 'ਤੇ ਇੱਕ ਫੋਨ ਦਾ ਵਾ ਮਾਰਾ ਗਰੁੱਪ 'ਤੇ ਇੱਕ ਫੋਨ ਥਾ ਔਰ ਭਾਈ ਕੇ ਪਾਸ ਪਾਸਪੋਰਟ ਵੀ ਨਹੀਂ ਥਾ ਸਾਰੀ ਸਾਰੀ ਬਾਤ ਕਰਾਇਆ ਚਾ ਭਾਈ ਕਾਂਦੋੜਾ ਪਹੁੰਚ ਗਿਆ ਡਾਕੂਮੈਂਟ ਤੋਂ ਕੁਝ ਵੀ ਕੋ ਨਹੀਂ ਥਾ ਇੱਕ ਪ੍ਰਕਾਰ ਦਾ ਸਭ ਜੜੇ ਬਜਾ ਹਾਂ ਦੇ ਹਮ ਜਾਗਦੇ ਆ ਲੀਨ ਬੋਲੇ ਕਰਦਾ ਮਰਦਾ ਭਾਈ ਭਾਈ ਇਨਕੀ ਕੋਈ ਜਾਣਨੀ ਕੋਈ ਉੱਤੋਂ ਚਲੇ ਮਾਨ ਜਾਦਮੋਂ ਤਰ ਉਤਰਦੇ ਏਅਰਪੋਰਟ ਤੋਂ ਬਾਹਰ ਲਿਗੜਦੇ ਮਾਨੂੰ ਉਹ ਦੀਵਾਰ ਦੇਖੀ ਬਹੁਤ ਖੁਸ਼ੀ ਹੋਈ ਭਾਈਆ ਦੀਵਾਰ ਕੋਤ ਨਹੀਂ ਹੈ ਦੀਵਾਰ ਦੀ ਕੀ ਗੱਲ ਹੈ ਅੱਛਾ ਭਾਈ ਬਹੁਤ سارے ਭਾਈ ਨਿਊ ਵੀ ਪੁੱਛਾਵਾ ਦੀਵਾਰ ਕਿਸ ਤਰ੍ਹਾਂ ਦੀ ਹੈ ਦਿਖਣ ਮੈਂ ਕਿਸ ਤਰ੍ਹਾਂ ਦੀ ਹੈ ਆਪਣੀ ਕਾਂਦਾ ਵਰਗੀ ਹੈ ਅਕਵੋਰ ਸ਼ਾਬ ਕੀ ਹੈ ਅਕਵਾ ਲੋਕੀ ਹੈ ਭਾਈ ਉਹ ਦੀਵਾਰ ਦਿਖਣ ਮੈਂ 3 ਨੰਬਰ ਕੀ ਹੈ ਅੱਛਾ ਮੈਕਸੀਕੋ ਦੀ ਸਾਈਡ ਤੋਂ ਦੇਖਣ ਨੂੰ ਨਾ 5-6 ਫੁੱਟ ਦੀ ਦਿਖਾਵਾ ਹਾਂ ਜਿਸ ਟਾਈਮ ਅਮਰੀਕਾ ਕਾ ਨਹੀਂ ਕੁੱਦਾ ਉਸ ਟਾਈਮ ਕੜੀ 8 ਫੁੱਟ ਕੀ ਕੜੀ 10 ਫੁੱਟ ਕੀ ਕਦੇ 15 ਫੁੱਟ ਕੀ ਤੀਨ ਦਿਖਾ ਦੇ ਭਾਈ ਤੀਨ ਵੀ ਆਪਣਾ ਦੋ ਰੇ ਸੀ ਸੀ ਭਾਈ ਵਾ ਕੰਦ ਭਾਈ ਇਹ ਤਾਂ ਫੀਵਰ ਕੀ ਹੈ ਲੋਕੀ ਤੀਨ ਹੈ ਹੈ ਸੀ ਵਾ ਅੱਛਾ ਮਤਲਬ ਡਿਜ਼ਾਈਨ ਐਸਾ ਹੈ ਡਿਜ਼ਾਈਨ ਐਸਾ ਨੂੰ ਚੱਟਣਾ ਪੜਾ ਉਸ ਤੇ ਠੀਕ ਹੈ ਕੰਦ ਕਾ ਦੇਖਣ ਲੱਗ ਗਿਆ ਭਾਈ ਸਾਤ ਬੰਦੇ ਥੇ ਸਪਨਾ ਬਹੁਤ ਜ਼ਿਆਦਾ ਨਜ਼ਦੀਕ ਥਾ ਬਤਾ ਕੇ ਕਿ ਹੋਇਆ ਫਿਰ ਇੱਕ ਹੋਟਲ ਮੈਂ ਟਰੈ ਦੇ ਭਾਈ ਉਹਦਾ ਟੈਕਸੀ ਵਾਲਾ ਛੋੜਿਆ ਉਸ ਹੋਟਲ ਮੈਂ ਦੇਖਿਆ ਮੈਂ ਆਪਣੇ ਜਾ ਕੇ ਉਹਦਾ ਮਾਨ 14 15 ਬੰਦੇ ਪਾਏ ਪਹਿਲਾਂ ਨੇ ਠੀਕ ਹੈ ਭਾਈ ਉਹਦਾ ਵੀ ਨੂੰ ਇਹ ਸਿਸਟਮ ਦਾ ਗੱਡੀ ਆਉਥੀ ਜਿਸ ਦਾ ਨੰਬਰ ਆਉਥਾ ਜੈਂਟ

ਸਾਢੇ 5 ਵਜੇ ਦੀਵਾਰ ਕੁੱਦੇ ਆ ਮੋੜ ਬੈਠ ਕੇ ਠੀਕ ਹੈ ਮਾਰ ਲਵਾਈ ਇੱਕ ਜਿਪਸੀ ਉਹ ਆਂਦੇ ਨੂੰ ਬਲੇ ਪਾਕਿਸਤਾਨ ਸੇ ਉਹ ਪਾਕਿਸਤਾਨ ਸੇ ਇੰਗਲਿਸ਼ ਮਾਮਾ ਬਲੇ ਮਰਨਾ ਇੰਡੀਆ ਹੈ ਉਹਨਾਂ ਮਾਰੇ ਤਲਾਸ਼ੀ ਕਰੀ ਪ੍ਰੋਪਰ ਤਰੀਕਾ ਦਾ ਤਲਾਸ਼ੀ ਕਰ ਕਮਾ ਉਹਨਾਂ ਵਾਸਤੇ ਖੜੀ ਲੈਗਾ ਪਾਛ ਹੱਥ ਕਰਕੇ ਗੱਡੀ ਵਿੱਚ ਬਿਠਾਏਗਾ ਲੈ ਕੇ ਆ ਪੁਲਿਸ ਥਾਂ ਚੌਂਕੀ ਮੈਂ ਕਾ ਦਿਆਂ ਪਾ ਲੇਗੇ ਚੌਂਕੀ ਮੈਂ ਲੇਗੇ ਚੌਂਕੀ ਮੈਂ ਜਾਗਾ ਮਾਰੇ ਪਾਰਾਂ ਪਿੱਤੇ ਤੇ ਹੋਏ ਕੈਡਲੀ ਬਾਈ ਠੀਕ ਹੈ ਇੱਕ ਸਿੰਗਲ ਕਪੜਾ ਬਣਾ ਦਿਆ ਮਾਰਾ ਜੋ ਨੋਰਮਲ ਜਾਂ ਕਿਸੇ ਟੀ-ਸ਼ਰਟ ਮੈਂ ਜਾਂ ਪਜਾਮਾ ਮਨਾੜਾ ਥੋ ਕੱਢ ਦਿਆ ਹਾਂ ਕੱਢ ਦਿਆ ਅਤਕੜੀ ਮਾਰ ਖੋਲਦੀ ਇੱਕ ਕਮਰਾ ਮੋੜ ਦਿਆ ਆਪਣਾ ਕਈਆਂ ਨੇ ਵੀਡੀਓ ਦੇਖੀ ਹੋਗੇ ਇੱਕ ਇੱਕ ਪੰਨੀ ਹੀ ਓਡੇ ਕਮਰਾਵਾਂ ਪੜੇ ਰਹੇ ਬਾਲਕ ਹਾਂ ਹਾਂ ਉਹ ਓੜਾ ਸੀ ਉਸ ਟਾਈਮ ਮੈਂ ਉਹ ਕਮਰਾ ਬਹੁਤ ਠੰਡਾ ਹੋਆ ਬਾਈ ਅੱਛਾ ਉਸਮੇ ਨੂੰਨ ਬੇ ਤਿੰਨ ਦਿਨ ਲੱਗਾ ਚਾਰ ਦਿਨ ਲੱਗਾ ਬਹੁਤ ਜ਼ਿਆਦਾ ਠੰਡਾ ਕ ਕਮਰਾ ਹੋਆ ਬਾਈ ਹਾਂ ਉਸਕਾ ਮੈਂ ਸਿਰਫ ਇੱਕ ਪੰਨਾ ਹੋ ਪਤਲਾ ਆਪਣਾ ਜੁਗਰ ਆਪਣਾ ਇੱਕ ਰੋਟੀ ਪੋਚਣਾ ਆਪਣਾ ਹੋਇਆ ਠੀਕ ਹੈ ਉਸ ਪੰਨਾ ਨੀਚੇ ਧਰਤੀ ਠੰਡੀ ਲੱਗਾ ਹੈ ਆਪਣਾ ਓਡਾ ਉੱਪਰ ਤੇ ਬਿਠਣ ਲੱਗਾ ਮਤਲਬ ਬਹੁਤ ਟਾਈਮ ਬਹੁਤ ਔਖਾ ਕਟਾ ਬਾਈ ਔਖਾ ਕਟਾ ਹੈ ठीक है बात है उसके बाद हमारे कागज़ कार्रवाई हुई आ, फिर मां मग्गा तोड़ दिए भाई आग्गा तोड़ दिए लेकिन जो पुलिस चौकी का जेकर करेंगे पुलिस ने कहा तो थप्पड़ मारे क्या बल्लट मारी और किक किक खाया पिया तुमने पखान पीने का कुछ नहीं रोटी ही दे कर देवे उसका नानु मेरा के थक के नहीं वो बची बची एक दिन उसको मैं के द के नहीं मां मेरा अच्छा खा जे कर दे भूख मरदा के नहीं करता ठीक है बात है भूख फके नहीं करता भूखा के नहीं करता हां ठीक है बात है ਔਰ ਪੁਲਿਹੜੇ ਭਾਈ ਮਾਰਨ ਤਾਂ ਥੇ ਨਹੀਂ ਗਾਲ ਦੇ ਦੇ ਮਾਕੇ ਵੀਰੇ ਬੇਬੇ ਕੀ ਭਾਈ ਅੱਛਾ ਦੇ ਇੰਗਲਿਸ਼ ਮੇ ਕਰ ਦੇ ਮਦਰ ਲਲੈ ਨੂੰ ਮਦਰ ਫਕਰ ਬਸ ਕੋਸ ਨਾ ਜਾ ਜਲਾ ਦੇ ਫਲਾਣਾ ਬਸ ਗਾਲ ਬਹੁਤ ਜਾ ਦੇ ਕਰ ਵੀ ਕਿ ਨਹੀਂ ਸਕਦਾ ਖੁੱਸੇ ਨਹੀਂ ਸਕਦਾ ਲੈਰੀ ਵੀ ਬਹੁਤ ਉੱਠਾ ਮਜਬੂਰੀ ਮ ਜਾ ਰਹੇ ਹਟ ਤਰਨ ਨੂੰ ਨਹੀਂ ਗਿਆ ਕਿਸ ਨੇ ਦੋਲ ਦੀ ਧਰਤੀ ਤੋਂ ਉੱਠਾ ਰਹੇ ਮੈਂ ਵੀ 2.5 ਕਿਲੋ ਕਾ ਆਤਾ ਕਾਂਦੇ ਤੋੜ ਦਿਆਂਗਾ ਔਰ ਸੰਦੋਲਾ ਦੀ ਧਰਤੀ ਤੋਂ ਜਾ ਲੈ ਬਗਾ ਤਾਂ ਮਨ ਨੂੰ ਹੋ ਜਾ ਬਸ ਹਾਂ ਗੰਜਾਸ ਕੋ ਨਹੀਂ ਰਹਿੰਦੀ ਚੱਕਰਾਂ ਵਾ ਚੱਲਦੇ ਚੱਲਦੇ ਅੱਛਾ ਚੁਗਰਾ ਲੈ ਤਨ ਪੁਲਿਸ ਚ ਕਾ ਦਿਨ ਰਹਿ ਉਹੜਾ ਚੌਂਕੀ ਮੈਂ ਤਾਂ ਚੌਂਕੀ ਮੈਂ ਤਿੰਨ ਦਿਨ ਆਖਿਆ ਭਾਈ ਤਿੰਨ ਦਿਨ ਕੇ ਬਾਅਦ ਮੈਂ ਮਾਗ ਕੈਂਪ ਮੈਂ ਛੋੜ ਦਈ ਇੱਕ ਮੈਂ ਚਾਰ ਦਿਨ ਫੇਰੇ ਕੈਂਪ ਮਰੇ ਔਰ ਤੇ ਫਿਰ ਜਾਜਬਰ ਕਮਰਾ ਜਾਜਬਰ ਦਿਨ ਪੈਰਾ ਮੇ ਵਤ ਖੜੀ ਦੀ ਹੱਥ ਮੇ ਵਤ ਖੜੀ ਦੀ ਪੇਟ ਕਾਪਰ ਕੋ ਵੀ ਹੱਥ ਖੜੀ ਦੀ ਬਾਮਾ ਠੀਕ ਆ ਬਾਤ ਆਥਾ ਪੇਟ ਵਾਲੇ ਥੜੀ ਉਹਨਾਂ ਆਪਣੇ ਖੁਦ ਦੇ ਕੱਪੜੇ ਦੇ ਦਿੱਤੇ ਥੋੜਾ ਤਮਰਦਾ ਹਾਂ ਜੋਨ ਕੀ ਡਰੈਸ ਸੀ ਜਾਜ ਮੈਂ ਬਿਠਾ ਕੇ ਮੈਂ 6 ਘੰਟੇ ਫਲਾਈਟ ਕਰਕੇ ਜੋਰਜੀਆ ਤੈਰ ਦਈ ਕੈਂਪ ਮੈਂ ਬਾਈ ਠੀਕ ਆ ਜੋਰਜੀਆ ਕੈਂਪ ਮੈਂ ਤੈਰ ਦਈ ਠੀਕ ਆ ਉਸ ਕੈਂਪ ਕਾ ਮੈਂ ਉਤਰ ਗਿਆ ਮੈਂ खुशी है भाई खाली काम साधन तोल-तोल तो कर के लिखड़ जाएंगे और तो बाहर जा काम करन कर के मतलब कि पिछला गम भूल जाए आदमी कहां भूल जाए चलो ये बात, बात तो अब बूढ़े-बूढ़े रेम सुनदे आगा खुशी देखा पाछले गम कितने बड़े आदमी भूल जाए ठीक है बात लिखड़ देंगे हमारे बयानों के भाई दूसरा तीसरा दिन कदा तक बयानों के दे दिए सबने बयान दे दिए अच्छा भाई उन तो लले मैंने बात पूछनी चाहिए लेकिन मैं पूछूं आप बयान के दे भाई इतने जुगल ले आज आप बता जो प्रॉपर नहीं बताना चाहंदा बयान उस टाइम अपना चर्चित में था सरसाला कांड तो मैंने सरसाला के बयान दिए थे भाई। है बात चलो ठीक है बात भाई उस टाइम को किसी को बयान दे ने भी को बात दे बात टोरे हुआ भाई यू बयान दे दिए जेंट ने कुछ कह भाई ਆਪਣੇ ਭਾਈਆਂ ਅਗਲੇ ਵਿਚਾਰਾਂ ਉਹ ਇੱਕ ਦੋ ਦਿਨ ਲਿਗੜੇ ਹੋਏ ਬਤਾਵੇਂ ਅੱਛਾ ਉਹਨਾਂ ਕੋਲ ਜੈਂਟ ਨਹੀਂ ਕਹਿੰਦਾ ਕੁਝ ਜੈਂਟ ਤਾਂ ਕਹੇ ਕੈਦੀ ਆ ਕਿ ਕੀ ਕਹਿਣਾ ਤਾ ਕੈਦੀ ਮੈਨੂੰ ਖਤਰਾ ਸੀ ਬਸ ਠੀਕ ਹੈ ਬਾਤ ਹੋਰ ਹੋਰ ਜੋ ਭਾਈ ਟੈਨਸ਼ਨ ਖਤਮ ਹੋ ਜਬੇ ਦਿਵਾਰਤਾ ਠੀਕ ਹੈ ਸਾਥ ਕੇ ਸਾਥ ਬੰਦੇ ਸਤਾ ਮੌਜੂਦ تھے ਸਾਰੇ ਸਾਰੇ ਅੱਛਾ ਉਹਨਾਂ ਨੇ ਕਿੱਕ ਕੇ ਬਿਆਨ ਦੇ ਆ ਤੇਰਾ ਸ਼ਾਬਤਾ ਭਾਈ ਮੇਰੇ ਕੋਲ ਤਿੰਨ ਪੰਜਾਬੀ تھے ਉਹਨਾਂ ਆਪਣਾ ਸਿਮਰਜੀਤ ਮੰਨ ਕੇ دیے تھے ਹਾਂ ਠੀਕ ਹੈ ਬਾਤ ਇੱਕ ਨੇ دیا تھا ਭਾਈ ਆਪਣਾ ਗਰੀ ਲੂਸਾਗਾ ਅੱਛਾ ਠੀਕ ਹੈ ਔਰ ਇੱਕ ਭਾਈ ਨੇ دیا ਤਾਂ ਕੋ ਧਰਮ ਚੇਂਜ ਕਰ ਰਿਆ ਤਾਂ ਭਾਈ ਠੀਕ ਹੈ ਬਾਤ ਠੀਕ ਹੈ ਦੋ ਉਹਨਾਂ ਸਰਸ ਵਾਲੇ ਵੀ ਆਂਦੇ ਤੇ ਠੀਕ ਹੈ ਬਾਤ ਬਿਆਨ ਮਾਰੇ ਸਾਰੇ ਆਂ ਪਾਸੇ ਬਸ ਹੋ ਗਏ ਫਿਰ ਮਾਂ ਬਿੱਗੇ ਹਾਂ ਮਾਰੀ ਪੇਸ਼ੀ ਚਲਦੀ ਬਾਈ ਅੱਛਾ ਜਜਾਂ ਲਵਾ ਜਿਸ ਮੈਂ ਕੁਛ ਬਾਈ ਆਂ ਬਾਗ ਚੰਗੇ ਤੇ ਪੰਜ ਬਾਈ ਲਿਖੜ ਗਏ ਮਾਂ ਮੈਂ ਮਾਂ ਰਹਿ ਗਏ ਦੋ ਬੰਦੇ ਉਸ ਜਿਸ ਟਾਈਮ ਮਾਰੀ ਪੇਸ਼ੀ ਆਣ ਲੱਗੇ ਉਸ ਟਾਈਮ ਤੋਂ ਬਲੌਕ ਕਰ ਦਿਆ ਬਾਈ ਉਹਨਾਂ ਸਭ ਸਿਸਟਮ ਬਲੌਕ ਠੀਕ ਹੈ ਬਾਈ ਜਦ ਸਿੱਧੇ ਨੂੰ ਕਹਦੇ ਬਾਈ ਤੁਮ ਨਾ ਜਾਣ ਦਿੰਦੇ ਹਾਂ ਚਾ ਤੁਮ ਕਿਵੇਂ ਕਰ ਲਿਓ ਹਾਂ ਹਾਂ ਫਿਰ ਬਾਹਰ ਬਾਤ ਹੁੰਦੀ ਬਾਹਰ ਵਾਲੇ ਕਹਿੰਦੇ ਬਾਈ ਇਹਨੂੰ ਤੋਂ ਮੰਨਦੇ ਨਹੀਂ ਵਕੀਲਾ ਨੇ ਵਿਸਲਾ ਦਿੱਤਾ ਬੁਖੜ ਹੜਤਾਲ ਕਰ ਲਿਓ ਅੱਛਾ ਬੈਰ ਬਾਤ ਕਿਸ ਗਲੋਈ ਕਰਦੀ ਗਰ ਕੰਗਲੇ ਬਾਤ ਹੋ ਗਰੀ ਤੇ ਉਸ ਟਾਈਮ ਪੇ ਗਰ ਕੰਗਲੇ ਬਾਤੋ ਦੇਖਦੇ ਬੈਰ ਭਾਈ ਸੇ ਉਹਨਾਂ ਗਲੇ ਬਾਤ ਹੋ ਜੇ ਗਦੇ ਵਕੀਲ ਵੀ ਕਰ ਰੱਖਿਆ ਉਹ ਤਨੜਾ ਵਕੀਲੀ ਵੀ ਕਰ ਰੱਖੇ ਰ ਭਾਈ ਮੇਰਾ ਅੱਛਾ ਠੀਕ ਆ ਬਾਤ ਵਕੀਲ ਵੀ ਤਾਂ ਸਾਰੇ ਸੀ ਇਥੇ ਉਹ ਵਕੀਲ ਨਾਲ ਗਲੇ ਬਾਤੋ ਕਰਦੇ ਠੀਕ ਆ ਉਹ ਬੋਲੇ ਬੁਖੜ ਹੜਤਾਲ ਕਰ ਲਿਓ ਪੂਰੀ ਪੂਰੀ ਕੈਂਪ ਨੇ ਬੁਖੜ ਹੜਤਾਲ ਕਰਦੀ ਭਾਈ 3-4 ਸੌ ਵਿੰਦਿਆ ਨੇ ਠੀਕ ਆ 3-4 ਸੌ ਵਿੰਦਿਆ ਨੇ ਬੁਖੜ ਹੜਤਾਲ ਕਰਦੀ ਲਿਖੜੇ ਦਿਨ 5 ਹਾਂ ਉਹ ਹੋਰ ਕੱਡੀ ਸ਼ਿਫਟ ਕਰਨ ਲੱ ਹਾਂ 18 ਬੰਦੇ ਰਹਿ ਗਏ ਥੇ ਬਾਕੀ ਸਭ ਨੇ ਹੜਤਾਲ ਤੋੜ ਦਿੱਤੀ ਭਾਈ 18 ਬੰਦੇ ਮੈਂ ਵੀ ਸੀ ਇੱਕ ਬਾਗਲ ਦਾ ਸੋਰਾ ਵੀ ਦਾ ਇਸ ਗੱਲਾਂ ਤੋਂ ਬਹੁਤ ਬੁਰੀ ਹਾਲਾਤ ਹੋਈ ਥੀ ਭਾਈ ਠੀਕ ਹੈ ਬਾਕੀ ਤੋਂ ਮਾਰਾ ਕਿ ਸਿਸਟਮ ਹੋਇਆ ਮਾਮ ਨੂੰ ਦੂਸਰਾ ਕੈਂਪ ਮੇ ਲੈ ਕੇ ਹਾਂ ਮਾਰ ਤਨੂ ਬੋਲੇ ਭੁਖ ਹੜਤਾਲ ਖਤਮ ਕਰ ਦਿਓ ਆਮ ਬੋਲੇ ਮਾਮ ਨਹੀਂ ਕਰਾਂਗੇ ਮਾਮ ਨੂੰ 32 ਦਿਨ ਕੱਢ ਦਿਓ ਭਾਈ ਹਾਂ 32 ਦਿਨ ਭੁੱਖ ਹੈ ਨਾ ਠੀਕ ਹੈ ਨਾ ਕੁਝ ਖਾਵਾਂ ਦੇ ਪਾਣੀ ਪੀਵਾਂ ਦੇ ਬਸ ਓਟ ਗਿੱਲੇ ਹੋ ਜਾ ਪਾਪੜੀ ਪਟਣ ਲੱਗੀ ਦਾੰਦ ਕਿਰਗੇ ਮਾਰੇ ਕਿਸੋ ਕੋਨ ਪੜਨਾ ਆ ਗਿਆ ਭਾਈ ਕਿਸੋ ਕਿਵੇਂ ਠੀਕ ਹੈ ਬਾਤ ਪ੍ਰੋ ਲਾਸਟ ਮੈਂ 9 ਬੰਦੇ ਰਹਿ ਗਏ ਤੇ ਇੱਕ ਬੜਾ ਕਾ تھا ਭਾਈ ਹਿਰਾਣਾ ਮਦਾ ਮੇਰੇ ਅਗਲੇ ਠੀਕ ਹੈ ਬਾਤ ਬਾਕੀ ਪੰਜਾਬ ਕੇ ਤੇ ਇੱਕ ਬਾਗਲ ਕਾ تھا ਭਾਈ ਠੀਕ ਹੈ ਇੱਕ ਮੇ ਦਾ ਠੀਕ ਹੈ ਬੜਾ ਕਾ ਵੀ ਸਾਥ ਉਸ ਕਾ ਵੀ ਇੱਕ ਬਾਗਲ ਵਾਲਾ ਥੋੜਾ ਜਿਆਦਾ ਦੀ ਉਹਨਾਂ ਸੁਣਨੇ ਬੰਦੋਗੇ ਤਾਂ ਬਾ ਮੈਂ ਆਕਸੀਜਨ ਲੈਵਲ ਬਹੁਤ ਜ਼ਿਆਦਾ ਡਾਊਨ ਹੋ ਗਿਆ ਅਫਸਰ ਨੇ ਦੇਖਿਆ ਇਹਨੂੰ ਮਰਾਂਗੇ ਨਾ ਇਹ ਕੱਢਣੇ ਕਿਉਂ ਤਾਂ ਨਾ ਸਾਈ ਕੰਮ ਹੋ ਗਿਆ ਤਾਂ ਮੇਰਾ ਸਾਥ ਬਾਈ ਆ ਉਸ ਟਾਈਮ ਪਾਵੇਂ ਦਰਸ਼ਕਾਂ ਨੇ ਜਿਉਂ ਉਸ ਟਾਈਮ ਪਰ ਟਰੰਪ ਕੀ ਸਰਕਾਰ ਥੀ ਟਰੰਪ ਕੀ ਸਰਕਾਰ ਥੀ ਟਰੰਪ ਨੇ ਐਲਾਨ ਕਰ ਦਿਆ ਬਾਈ ਮੈਂ ਆਣੇ ਦੇਵਾਂਗਾ ਉਸਨੇ ਪੂਰਾ ਕੰਨ ਹੈਤਰ ਉਹਨਾਂ ਹਚੋ ਆਣ ਤਾਂ ਬਾਹਰ ਤਾਂ ਰੋਕ ਨਹੀਂ ਸਕਦਾ ਵਾਪਸ ਇਹਨੇ ਡਿਪੋਰਟ ਕਰ ਦਿਉਂਗਾ ਕੀ ਬਾਤ ਤੋਂ ਮਾਮ ਨੇ ਇੱਕ ਲੋਕਲ ਕੋਰਟ ਮਾ ਮਾਰਾ ਉੱਪਰ ਕੇਸ ਚਲਾਇਆ ਗਿਆ ਉਸਮੇ ਦੇਖ ਮਾ ਇਤਨੇ ਪੜੇ ਲਿਖੇ ਤੇ ਨਹੀਂ ਮਾ ਮਾਰ ਪਾ ਮੈਂ ਫਰਿਆ ਉਹਨਾਂ ਮਾ ਮਾ ਦੇਖੇਗਾ ਉਹਨਾਂ ਮਾ ਮਾਰ ਪਾ ਬਲੇਮ ਡਾਲ ਦਿਆ ये ये लोग है, लोग है। है हैं हैं अमेरिका तंग, तंग करेंगे जो आपने मांग मनान है आंदोलनकारी लोग हैं हिंसा करें तो बहुत कुछ नुकसान कर देंगे है इन्हें आप इंडिया में अमेरिका में परमिशन नहीं देते इन्हें वापिस भेजने आप इनकी भुख परमीशन परमीशन क्या ली थी पाइप लाए थे मारा मुंह को धक्का है ਉਹ ਪਾਈਪ ਵੀ ਤਰਾ ਆਪਣਾ ਜੂਸ ਗੇਟ ਦੇ ਮਾਮਨਾ ਹੱਥ ਖੜੀਆਂ ਅਗਲਾ ਬੰਦੇ ਸਿਰ ਵੀ ਬੰਦੇ ਜੁਗਰ ਆਪਣਾ ਫਿਲਮਾਂ ਵਿੱਚ ਦੇਖਿਆ ਬਿਜਲੀ ਲਾਣਾ ਸਿਸਟਮ ਕਰੇਗਾ ਨੇ ਉਹ ਸਿਸਟਮ ਕਰਕੇ ਮਾਰਾ ਪਾਈਪ ਲੱਗਦੇ ਬਾਈ ਠੀਕ ਹੈ ਬਾਤ ਉਨਮੋ ਜੂਸ ਗੇਟ ਦੇ ਅਰ ਮਾਮਨਾ ਇੱਕ ਛੋਟੀ ਕੋਠੜੀ ਸੀ ਉਸਮੇ ਗੇਟ ਜਾਂਦੇ ਨਾ ਆਪਣੇ ਨਾਲ ਬਾਤ ਕਰਨ ਦੇ ਦਿੰਦੇ ਉਸਮੇ ਬਹੁਤ ਜ਼ਿਆਦਾ ਸਰੀਰ ਤੋਂ ਕਮਜ਼ੋਰ ਹੋ ਗਿਆ ਥਾ ਐਸੀ ਬਹੁਤ ਜ਼ਿਆਦਾ ਸੀ ਬਾਈ ਠੀਕ ਹੈ ਬਾਤ ਬੈਠ ਕੇ ਰਾਤ ਕੱਢਦੀ ਦਿਨ ਰਾਤ ਕੋ ਬੇਰਾ ਕੋ ਨੀਂਦ ਦਾ ਬੇਰਾ ਸਾਰ ਹੋ ਤਾ ਖਤਮ ਹੋ ਲਿਫਟਮ ਤੋਂ ਮਰਨ ਵਾਲੇ ਲਾਤੇ ਕੇ ਮਾਮਨੋ ਕੋ ਨੋ ਬੰਨ ਜਨ ਸਲਾਹ ਕਰੀ ਉਹਨਾਂ ਮੱਤੇ ਟਾਈਮ ਦੀ 1 ਘੰਟਾਗਾ ਮਾਨੂੰ ਫੋਨ ਕਰੇ ਮਾਨੂੰ ਨੋ ਹੋਵੇ ਬਾਈ ਮਾਨੂੰ ਮਰਾਂਗੇ ਆਪਣਾ ਇੰਡੀਆ ਮੇ ਜਾ ਕੁਛ ਦੇਖ ਲਿਆਂਗੇ ਹਾਂ ਹਾਂ ਮਰਨ ਤਾਂ ਸਹੀ ਤੋਂ ਈਪ ਤੋਂ ਲਿਖਣਾ ਹੱਤੇ ਨਹੀਂ ਨਾ ਰਸਤਾ ਬਲੌਕ ਕਰ ਦਿਆ ਪ੍ਰੋਪਰ ਠੀਕ ਹੈ ਬਾਤ ਬਸ ਤਰੀਕਾ ਨਹੀਂ ਬਚਿਆ ਬਾਹਰ ਲਿਖਣਾ ਮਾਨੂੰ ਕੋਈ ਕਹਿੰਦੇ ਟਰੰਪ ਵੀ ਚਾਹੁੰਦਾ ਤਾਂ ਉਹ ਵੀ ਸਿਸਟਮ ਨਹੀਂ ਸਿਸਟਮ ਤਾਂ ਠੀਕ ਹੈ ਬਾਤ ਮਾਨੂੰ ਫਿਰ ਭੁਖੜਤਾਲ ਖਤਮ ਕਰ ਦਿਆ ਉਹਨਾਂ ਨੇ ਸਾਈਨ ਕਰ ਦਿਆ ਬਾਈ ਠੀਕ ਹੈ ਬਾਤ ਦੋ ਦੋ ਮਹੀਨੇ ਬਾਅਦ ਤਮਾਮ ਇੰਡੀਆ ਘੇੜ ਦਿੱ ਲਿਆਗਾ ਬਾਈ ਫਿਰ ਆ ਕੰਮ ਦਿੱਕਤ ਬਹੁਤ ਜ਼ਿਆਦਾ ਨਹੀਂ ਹਾਂ ਬਸ ਯਾ ਘਟਨਾ ਘਟੇ ਬਾ ਮਾਰ ਗੱਲ ਆ ਘਟਨਾ ਘ इंडिया की फ्लाइट में बैठे सीधा इंडिया आया के बीच में कने स्टे और का तारीख थी उस दिन कौन सी सन थी भाई मैं 2019 में 12 तारीख ने उड़ते चला था और 13 तारीख ने अपने इंडिया पहुंचा था ठीक है बात तो 24 घंटे की फ्लाइट थी मेरी सीधी डायरेक्ट फ्लाइट थी जो भाई का यू जो सफर है ने यू ढाई मतलब 1 सवा 2 साल का पका इसका पौने दो साल पौने दो साल लगा यू सफर है भाई 2017 में भाई चल गया था अच्छा घर के आए अर्जेंट ने पीछे दे कोई नहीं दे आ कुश्ती ब्लोवा गई ਬਾਈ ਬਿਲਾਉਣ ਬਿਲਾਣ ਕਾ ਕੋ ਕੇ ਚਾੜਤਾ ਆਪਣਾ ਨੂੰ ਜੈਂਟ ਨੈਟੀਆ ਦਾ ਫਿਰ ਥੋੜੀ ਬਹੁਤ ਤੂੰ ਭਾਈ ਉਹਨੇ ਕੀ ਕਰਕੇ ਛੋਟਾ ਭਾਈ ਆਪਣੇ ਵੇਚ ਦਿਆ ਦਾ ਉਹ ਛੋਟਾ ਭਾਈ ਆਪਣਾ ਉਸ ਟਾਈਮ ਬੰਦਿਆਂ ਵੱਡਿਆਂ ਕੋਲ ਪ੍ਰੋਪਰ ਬੰਦਾ ਤਾਂ ਅੰਡਰ 18 ਦਾ ਭਾਈ ਆਪਣਾ ਇਸ ਕਰਕੇ ਥੋੜਾ ਰਿਸਕ ਲੈ ਕੇ ਦੇਖਦਾ ਤੋਂ ਆਪਣਾ ਭਾਈ ਅਮਰੀਕਾ ਪਹੁੰਚ ਗਿਆ ਦਾ ਅੱਛਾ ਉਸ ਏਜੈਂਟ ਨੇ ਵੇਚ ਦਿਆ ਲੈ ਹਾਂ ਉਸ ਏਜੈਂਟ ਨੇ ਵੇਚਿਆ ਪਿੱਛੇ ਤੋਂ ਲੀਮਰ ਪੌਰ ਵੀ ਅੱਛਾ ਫਿਰ ਉਸ ਏਜੈਂਟ ਨੇ ਵੇਚ ਦਿਆ ਅੱਛਾ ਚਲੋ ਵੇਚ ਦਿਆ ਭਾਈ ਕਾ ਭਾਈ ਅੱਜ ਅਮਰੀਕਾ ਮੈਂ ਬੈਠਿਆ ਹੈ ਐ ਤੇਰਾ ਵੀ ਕਰਾ ਜੀ ਦੁਬਾਰਾ ਜਾਣਨਾ ਭਾਈ ਜੀ ਤੋਂ ਕਰਾ ਹੈ ਫਿਰ ਹੀ ਕੋ ਨਹੀਂ ਜਾਇਆ ਜਾਂਦਾ ਇਹ ਕੋ ਨਹੀਂ ਸਿਸਟਮ ਹੁੰਦਾ ਭਾਈ ਕਿਉਂ ਭਾਈ ਕਾ ਵਿਆਹ ਹੋ ਗਿਆ ਹੀ ਬੈਠੇ ਇਹ ਕੋ ਜਾਂਦਾ ਨਾ ਵਿਆਹ ਵਾਲੀ ਬਾਤ ਕੋ ਨਹੀਂ ਭਾਈ ਘਰਾਂ ਵੀ ਬੰਦਾ ਚਾਹੀਏ पीशा कम सिस्टम कोनी दूसरी बात फेरोड अमेरिका का भी बैन है हां हां ठीक है अच्छा एक बात और मैं पूछना चाहूंगा ताकि दर्शकों को सलाह भी पता इस चीज में ए सुसाइड करने का भी जी करे जुगरे जंगला में धक्के खांदा फिर रहा था यमन में उम्मीद थी कि कोई परमात्मा बोलवा जरूर सुनागा भाई सुसाइड करने जी कर है सिस्टम यूएसए के जेल में बंदो वो बंदा ठीक है बात फिर उस टाइम एक बात मन में आई मेरा तो और भाईया तो के बताऊं मैं कोई मरते छोटे भी बड़े भी थे की ज तो मर गया हां अगर क्या बेटा गुण भरा गोकरे बेटा गुण भरा ठीक है बात मामने देख के ला एक जंगल में गए मेरे उसको अगर क्या बेटा गुण भरा उसको फोन आए भाई ग्रुप में अगर मेरा भाई दा बात करे तो तुम झूठ बोलो हां और एक और क्वेश्चन दर्शकों का कमेंट में जब पासपोर्ट तेरे पे स्टिम है तेरा को कोनी मैं उस टाइम पासपोर्ट तो मैंने वाइट पासपोर्ट पाया था मैं अच्छा ई मैंने खुद का पासपोर्ट दोबारा अप्लाई कई बनवा भाई अच्छा दोबारा दा भाई का पासपोर्ट बन गया है बन गया भाई अच्छा वो जो पासपोर्ट दा कतोड़ कौन सी क्विट क्या नाम दोगे क्विटो ਆ ਕੁਵਿਟੋਂ ਬਾਈ ਕਾ ਬਹੁਤ سارے ਭਾਈ ਪੁੱਛਾ ਹੈ ਵੀ ਬਾਈ ਦੁਬਾਰਾ ਤੇ ਇੰਚ ਜਾ ਪਾਸਪੋਰਟ ਬਣਾਏ ਕੋਣ ਬਣਦਾ ਆ ਬਣਾ ਹੈ ਭਾਈ ਉਹ ਕੇ ਕੁਝ ਪ੍ਰੋਸੈਸਿੰਗ ਰਹੀ ਹੈ ਉਸਕੀ ਉਹ ਪ੍ਰੋਸੀਜਰ ਹੈ ਭਾਈ ਵਾ ਵਾਈਟ ਪਾਸਪੋਰਟ ਮਿਲਾ ਪਣਾ ਐ ਅਮਰਜੈਂਸੀ ਪਾਸਪੋਰਟ ਬੋਲਾ ਉਹ ਆਪਣਾ ਚੰਡੀਗੜ੍ਹ ਆਰਪੀ ਆਫਿਸ ਮੇ ਜਮਾ ਹੋਗਾ ਔਰ ਤਾ ਆਪਣਾ ਪਾਸਪੋਰਟ ਕਈ ਭਾਈ ਇਸ ਮੇ ਵੀ ਬਹੁਤ ਜ਼ਿਆਦਾ ਡੰਚ ਜਮਾਈ ਕੋ 30 35 35000 ਰੁਪਏ ਮਣਵਾਰੇ ਆ ਅਫਵਾਦਾ ਬਤੋ ਮਨੇ ਖੁਦ ਆਪਣਾ ਉਸਪਰ ਕਰਾਇਆ 5000 ਰੁਪਏ ਖਰਚਾ ਮੇਰੇ 3000 ਰੁਪਏ ਉਸਕੇ ਭਾਈ 2000 ਵੀ ਮੇਰੇ 2-3 ਘੇੜੇ ਲੱਗੇ ਬ और एक बात तो कहूंगा जितना न्यू कह मैं तो इंडिया का हूं जितना न्यू कह ना मैं तो रूस का हूं उतना वापस भी रूसों भेज दे मैं भाई मैं, मैं सीमेंट क्वारी कर दे अच्छा अनेक के राव उस प्रोसीजर का आपने बेरा को बाकी मैंने सुनी थी कई वाले बंदे नु करे करते एक ज्यादा भर का है इंडिया वाला पाकिस्तान छोड़ दिया पाकिस्तान वाला इंडिया तोड़ दिया ठीक है बात है जी ने बताया नु छोड़ दे भाई मैं अच्छा ਅ ਸੋ ਭਾਈ ਜਬਾਈ ਕਿ ਦਰਦ ਨਾ ਘਟਨਾ ਵਿਕਾਇਸ ਕੋ ਕਿਉਂ ਭਾਈ ਕ ਦੇਖੋ ਅੱਖਾਂ ਵਿੱਚ ਸੁਬਿਆਣ ਨੋ ਲੇਕਿਨ ਇਹ ਸਚਾਈ ਘਟਨਾ ਹੈ ਭਈਓ ਸਚਾਈ ਪਾ ਕੋਈ ਵੀ ਬਾਬੂ ਕੋਸ ਕਾ ਕੋਈ ਵੀ ਮੋਸ਼ਨਲ ਉਸ ਕਾ ਭਾਈ ਆ ਤੋ ਭਾਈ ਅੱਛਾ ਜੋ ਹੋਰ ਭਾਈ ਜਾਣਾ ਚਾਹਵੇਂ ਹੈ ਜੰਗਲ ਦਾ ਰਸਤਾ ਜਾਣਾ ਚਾਹਵੇਂ ਪੜਦੇ ਲਿਖਤੇ ਤੋ ਐ ਕੋ ਨਹੀਂ ਏ ਇੰਸਟਾਗ੍ਰਾਮ ਚਲਾਵੇਂ ਹੈ ਫਿਲਮ ਦੇਖੇ ਹੈ ਪੜਾਈ ਮੈਂ ਧਿਆਨ ਕੋ ਨਹੀਂ ਲੇਕਿਨ ਅਮਰੀਕਾ ਜਾਣ ਦਾ ਜ਼ਿਕਰ ਹੈ ਭਾਈ ਜੰਗਲ ਦਾ ਰਸਤਾ ਮੇਰੇ ਕੋ ਸੋਭਾਈ ਨਾ ਸਲਾਹ ਦੇਂਦਾ ਕਿਉਂ ਕਿਉਂ ਮਾਂ ਦਾ ਬੇਟਾ ਖਰਾਬ ਹੋ ਮਾਂ ਨਹੀਂ ਚਾਹਦੇ ਭਾਈ ਠੀਕ ਹੈ ਬਾਤ ਲਾਵਾ ਭਾਈ ਨਾ ਦਿਲ ਕੀ ਬਾਤ ਬਤਾ ਦੀ ਹੈ ਕਿਉਂ ਜਿਸ ਕਾ ਉੱਪਰ ਬਿੱਤਾ ਓਏ ਜਾਣਾ ਇਕ ਆਪਣੇ ਪਾਛੇ ਹੀ ਦੇਖਿਓ ਭਾਈ ਆਪਣੇ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਾਇਰਲ ਹੋਏ ਦੋ ਤਿੰਨ ਵੀਡੀਓ ਇੱਕ ਸੰਗਰੋਲੀ ਦਾ ਭਾਈ ਥਾ ਹਾਂ ਸੰਗਰੋਲੀ ਦਾ ਇੱਕ ਇਹੜਾ ਬਾਹਣਾ ਦਾ ਭਾਈ ਦਾ ਬਾਹਣਾ ਦਾ ਭਾਈ ਮੈਨੂੰ ਠੀਕ ਇਹ ਜੰਗਲਾਂ ਮੇਂ ਦਿੱਕਤ ਹੋ ਜਾ ਭਾਈ ਹਾਂ ਹਾਂ ਤੋਬਾ ਦਿੱਕਤ ਹੋ ਡੇ ਜਾ ਕੇ ਫਿਰ ਕੰਮ ਕਰਨਾ ਕਰਕੇ ਐਂ ਪੀਛੇ ਬਤਾਨੇ ਜਾਂ ਪਹੁੰਚ ਵੀ ਜਾ ਆਦਮੀ ਉਹ ਤੋ ਜਾ ਅਰੋੜਾ ਥੋਟਾ ਮੋਟਾ ਦਰਦ ਨੇ ਉਗੜਾ ਕੋਈ ਪੁੱਛ ਕੋ ਨਾ ਇਤਨੇ ਪੱਕਾ ਨਹੀਂ ਹੁੰਦਾ ਆਦਮੀ ਛੋਟਾ ਮੋਟਾ ਦਰਨਾ ਬੇਗੁਰਦੇ ਨਹੀਂ ਫਿਰ ਉਹ ਵੱਡਾ ਦਿੱਕਤ ਲੇਦਾ ਠੀਕ ਹੈ ਬਾਤ ਕਿਉਂ ਆਪਣੀ ਐਡ ਦੋ ਰੋਟੀ ਦੀ ਖਾਣ ਦਾ ਜਾਂਦਾ ਬਜਾਂਦਾ ਆਦਮੀ ਉਸਮੇ ਪਿੱਛਾ ਪਿੱਛ ਵੀ ਨਹੀਂ ਭਾਈ ਸਾਰਾ ਸਿਸਟਮ ਦੇਖੋ ਸਾਰਾ ਸਿਟਮ ਹੋਰ ਮੇ ਭਾਈ ਤੇ ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ ਜੋ ਆਪਣਾ ਜੰਗਲ ਦੇਖਿਆ ਉਸਮੇ ਮਰੂਦ ਜੈਮਣ ਐ ਪਿੱਡੇ ਥੇ ਕੋਈ ਨਹੀਂ ਥੇ ਕਾਂ ਕੇ ਪਿੱਡੇ ਥੇ ਭਾਈ ਮੇ ਪਿੱਡੇ ਬਰੇ ਨਹੀਂ ਕਾਂ ਕੇ ਬਹੁਤ ਉੱਚੇ ਉੱਚੇ ਸੰਗ ਵਨ ਕੇ ਥੇ ਕਾਂ ਕੇ 100 200 100 ਫੁੱਟ ਕੀ ਲਾਈਨ ਗਾਈਟ ਸੀ ਨਾ ਉਹਨਾਂ ਦਾ ਬਰੇ ਹਮ ਨੇਪਾਲੀ ਬਾਰ केला बाग में केले पेटे से और कोनी फ्रूट फ्रूट पाया ठीक है भाई और फ्रूट कोनी पाया भाई ने सारी सच्ची बात बताई है और नदी में को भी भाई गया है भाई जंगला में को भाई ने पाडन किकर भी कोनी देखी मेरा चाहता ना पाडन किकर कोनी देखी भाई अच्छा और, और, और पेड़ थे हूं कांड है दे नु झाड़ी थी जो कर अपना सेंसिकल देख रहे नहीं सिस्टम करता भाई और भाई तुम्हें एक बात और पूछूं जोले अपना की है अपन जो इंडिया का बॉर्डर ले ले तार पाकिस्तान का बॉर्डर जो तार खान जा रखे जो अपना कई देश क्रॉस करे हैं कड़ियां तार वाला बॉर्डर पाया ਨਾ ਭਾਈ ਜ ਤਾਰਾਣਾ ਬੋਰਡਰ ਕੜੀ ਕੋਨ ਨ ਪਾਇਆ ਆ ਮੈਂ ਅੱਛਾ ਉਹਨਾਂ ਨੂੰ ਕਨੂੰ ਮੇਰਾ ਪਟਾ ਰਿਓ ਕੌਨਸਾ ਦੇਸ਼ ਹੈ ਕੌਨਸੇ ਮੈਂ ਬਤਾ ਕੇ ਦੇ ਜੰਟ ਤਾ ਨੂੰ ਬੋਰਡਰ ਕਲੋਸ ਕਰ ਦਿਆ ਇਸ਼ਾ ਕੋ ਸੀਨ ਕੋਨ ਦਾ ਭਾਈ ਠੀਕ ਹੈ ਬਾਤ ਹੈ ਲਾ ਭਾਈ ਕੀ ਆਪਣਾ ਜੋ ਘਟਨਾ ਹੈ ਜੋ ਭਾਈ ਕੀ ਜੋ ਸਟੋਰੀ ਹੈ ਡਾਂਕੀ ਸਟੋਰੀ ਹੈ ਕਿਸੇ ਲੱਗ ਗਈ ਹੈ ਕਮੈਂਟ ਕਰਕੇ ਜ਼ਰੂਰ ਬਤਾ ਦਿਓ ਭਾਈ ਜੈ ਜਵਾਨ ਜੈ ਕਿਸਾਨ ਜੈ ਸ੍ਰੀ ਰਾਮ ਜੈ ਵਿਗਿਆਨ ਜੈ ਦੱਧਾ ਘੇੜਾ